ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਇਨਫੋ ਪੰਜਾਬ ਚੈਨਲ। ਇਨਫੋ ਪੰਜਾਬ ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਹਾਊ ਟੂ ਫਿਲ ITR ਫੋਰ ਅਸੈਸਮੈਂਟ ਈਅਰ 2024-25। ਸੋ ਸਾਲ 2024-25 ਲਈ ਆਪਾਂ ਜੋ ਆਪਣੀ ITR ਰਿਟਰਨ ਕਿਸ ਤਰ੍ਹਾਂ ਭਰਨੀ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਵੀਡੀਓ ਵਿੱਚ ਦਿੱਤੀ ਜਾ ਰਹੀ ਹੈ। ਸੋ ਆਪ ਜੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਤੁਸੀਂ ਅਲੱਗ ਫੋਨ 'ਤੇ ਚਲਾ ਕੇ ਔਰ ਨਾਲ ਨਾਲ ਆਪਣੀ ਅਗਰ ਤੁਸੀਂ ਰਿਟਰਨ ਫਾਈਲ ਕਰੋਗੇ ਤਾਂ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਫਿਲ ਕਰ ਸਕਦੇ ਹੋ। ਸੋ ਇਸ ਵੀਡੀਓ ਨੂੰ ਅਲੱਗ ਫੋਨ 'ਤੇ ਚਲਾਇਓ। ਸੋ ਇੱਕ ਰਿਕੁਐਸਟ ਹੋ ਰਿਹਾ ਕਿ ਇਸ ਚੈਨਲ ਨੂੰ ਜਿਸਦਾ ਨਾਮ ਹੈ ਇਨਫੋ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਬਣੇ ਬੈਲ ਆਈਕਨ ਦਬਾ ਲਿਓ। ਇਸ ਤੋਂ ਇਲਾਵਾ ਸਾਡੇ ਵੱਲੋਂ ਦੋ ਵਟਸਐਪ ਔਰ ਟੈਲੀਗ੍ਰਾਮ ਗਰੁੱਪ ਚਲਾਏ ਜਾ ਰਹੇ ਨੇ। ਇਹਨਾਂ ਗਰੁੱਪਸ ਨੂੰ ਤੁਸੀਂ ਡਿਸਕ੍ਰਿਪਸ਼ਨ ਵਿੱਚ ਲਿੰਕ ਤੋਂ ਜੁਆਇਨ ਕਰ ਸਕਦੇ ਹੋ। ਔਰ ਜੁਆਇਨ ਕਰਨ ਵਾਲੇ ਟੀਚਰਸ ਨੂੰ ਰਿਕੁਐਸਟ ਹੈ ਕਿ ਪਲੀਜ਼ ਇਹਨਾਂ ਗਰੁੱਪਾਂ ਦੇ ਵਿੱਚ ਫਾਲਤੂ ਔਰ ਵਾਧੂ ਮੈਸੇਜ ਸੈਂਡ ਨਾ ਕਰੇ, ਸਿਰਫ ਕੰਮ ਦੇ ਮੈਸੇਜ ਸੈਂਡ ਕਰੋ ਤਾਂ ਕਿ ਇਹਨਾਂ ਗਰੁੱਪਾਂ ਦੀ ਜੋ ਮਾਨਤਾ ਬਣੀ ਰਹੇ, ਗਰੁੱਪ ਲੋਕਾਂ ਦੇ ਕੰਮ ਆਉਂਦੇ ਰਹਿਣ। ਸੋ ਚਲੋ ਜੀ, ਹੁਣ ਬਹੁਤੀ ਗੱਲਾਂ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੋ ਇਨਕਮ ਟੈਕਸ ਰਿਟਰਨ ਭਰਨ ਲਈ ਤੁਸੀਂ ਸਭ ਤੋਂ ਪਹਿਲਾਂ ਗੂਗਲ ਸਰਚ ਵਿੱਚ ਜਾ ਕੇ ਇਨਕਮ ਟੈਕਸ ਲਿਖ ਕੇ ਇੱਕ ਸਰਚ ਕਰ ਲੈਣੀ ਹੈ ਤਾਂ ਕਿ ਤੁਸੀਂ ਵੈਬਸਾਈਟ ਤੇ ਪਹੁੰਚ ਸਕੋ। ਤੋ ਜਿਵੇਂ ਹੀ ਆਪਾਂ ਸਰਚ ਕਰਦੇ ਹਾਂ, ਆਪਣੇ ਕੋਲ ਸਭ ਤੋਂ ਪਹਿਲੀ ਜੋ ਵੈਬਸਾਈਟ ਆਉਂਦੀ ਹੈ incometax.gov.in, ਤੁਸੀਂ ਇਸ ਵੈਬਸਾਈਟ ਨੂੰ ਕਲਿੱਕ ਕਰਕੇ ਖੋਲ ਲੈਣਾ। ਇਸ ਨੂੰ ਖੋਲਣ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਵੇਗਾ, ਜਿਸ ਨੂੰ ਕਿ ਮੈਂ ਤੁਹਾਨੂੰ ਸਕਰੋਲ ਡਾਊਨ ਕਰਕੇ ਦਿਖਾ ਦੇਣਾ। ਤੁਸੀਂ ਆਪਣੇ ਪ੍ਰੋਫਾਈਲ ਤੇ ਜਾਣ ਦੇ ਲਈ ਜੋ ਇਹ ਫੇਸ ਵਾਲਾ ਆਈਕਨ ਬਣਿਆ ਹੋਇਆ, ਇਸ ਨੂੰ ਟੱਚ ਕਰਨਾ ਹੈ। ਇਸ ਨੂੰ ਟੱਚ ਕਰਨ ਤੇ ਪੁੱਛੇਗਾ ਕਿ ਡੂ ਨਾਟ ਹੈਵ ਅਕਾਊਂਟ ਔਰ ਆਲਰੇਡੀ ਹੈਵ ਅਕਾਊਂਟ, ਕਿਉਂਕਿ ਆਪਾਂ ਅਕਾਊਂਟ ਪਹਿਲਾਂ ਤੋਂ ਬਣਾਇਆ, ਇਸ ਕਰਕੇ ਆਪਾਂ ਆਲਰੇਡੀ ਹੈਵ ਅਕਾਊਂਟ ਨੂੰ ਟੱਚ ਕਰਾਂਗੇ। ਔਰ ਇਸ ਨੂੰ ਟੱਚ ਕਰਨ ਤੋਂ ਬਾਅਦ ਪ੍ਰੋਸੈਸਿੰਗ ਹੁੰਦੀ ਹੈ ਥੋੜੀ ਜੀ, ਔਰ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ ਕੇ ਆ ਜਾਂਦਾ ਹੈ, ਜਿਹਦੇ ਵਿੱਚ ਕਿ ਤੁਸੀਂ ਆਪਣੀ ਜੋ ਯੂਜ਼ਰ ਆਈਡੀ ਹੈਗੀ ਹੈ ਔਰ ਪਾਸਵਰਡ ਹੈਗਾ ਉਹ ਫਿਲ ਕਰਨਾ ਹੁੰਦਾ। ਸਭ ਤੋਂ ਪਹਿਲਾਂ ਆਪਾਂ ਆਪਣੀ ਯੂਜ਼ਰ ਆਈਡੀ ਫਿਲ ਕਰਾਂਗੇ, ਜੋ ਕਿ ਆਪਣਾ ਪੈਨ ਨੰਬਰ ਹੁੰਦਾ ਹੈ। ਸੋ ਇੱਥੇ ਆਪਾਂ ਆਪਣਾ ਪੈਨ ਨੰਬਰ ਫਿਲ ਕਰਾਂਗੇ। ਪੈਨ ਨੰਬਰ ਫਿਲ ਕਰਨ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਦੀ ਬਟਨ ਨੂੰ ਕਲਿੱਕ ਕਰਾਂਗੇ। ਸੋ ਮੈਂ ਪੈਨ ਨੰਬਰ ਫਿਲ ਕਰਤਾ, ਹੁਣ ਮੈਂ ਕੰਟੀਨਿਊ ਦੇ ਬਟਨ ਨੂੰ ਕਲਿੱਕ ਕਰਨ ਜਾ ਰਿਹਾ ਹਾਂ। ਸੋ ਕੰਟੀਨਿਊ ਨੂੰ ਕਲਿੱਕ ਕਰਦੇ ਹੀ ਫਿਰ ਤੋਂ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ, ਲੋਡਿੰਗ ਹੁੰਦੀ ਹੈ, ਔਰ ਇਹ ਆਪਾਂ ਤੋਂ ਹੁਣ ਆਪਣਾ ਪਾਸਵਰਡ ਮੰਗੇਗਾ। ਸੋ ਪਾਸਵਰਡ ਮੰਗਣ ਤੋਂ ਪਹਿਲਾਂ ਜੋ ਉੱਪਰ ਇੱਕ ਬਾਕਸ ਨੂੰ ਨਜ਼ਰ ਆ ਰਿਹਾ, ਇਸ ਬਾਕਸ ਨੂੰ ਆਪਾਂ ਬਲੂ ਟਿਕ ਦੇ ਦੇਣਾ, ਇਸ ਨੂੰ ਟਿਕ ਮਾਰਕ ਕਰ ਦੇਣਾ ਹੈ। ਟਿਕ ਮਾਰਕ ਕਰਨ ਤੋਂ ਬਾਅਦ ਆਪਾਂ ਪਾਸਵਰਡ ਇੱਥੇ ਫਿਲ ਕਰ ਦੇਣਾ ਹੈ ਔਰ ਫਿਰ ਅੱਗੇ ਪ੍ਰੋਸੈਸ ਕਰਨਾ ਹੈ। ਸੋ ਮੈਂ ਬਲੂ ਟਿਕ ਕਰਤਾ ਹੈ, ਹੁਣ ਮੈਂ ਪਾਸਵਰਡ ਵੀ ਲਗਾਤਾ ਹੈ, ਹੁਣ ਮੈਂ ਕੰਟੀਨਿਊ ਦੇ ਬਟਨ ਨੂੰ ਕਲਿੱਕ ਕਰਾਂਗਾ। ਸੋ ਕੰਟੀਨਿਊ ਕਲਿੱਕ ਕਰਨ ਤੋਂ ਬਾਅਦ ਫਿਰ ਤੋਂ ਲੋਡਿੰਗ ਸ਼ੁਰੂ ਹੋ ਜਾਂਦੀ ਹੈ। ਸੋ ਇਨਕਮ ਟੈਕਸ ਦੀ ਤੁਹਾਡੀ ਵੈਬਸਾਈਟ ਖੁੱਲਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਫਾਈਲ ਨਾਓ ਨਹੀਂ ਕਰਨਾ, ਮਤਲਬ ਟੈਕਸ ਫਾਈਲ ਕਰਨ ਤੋਂ ਪਹਿਲਾਂ ਤੁਸੀਂ ਜਾਣਾ ਹੈ ਆਪਣਾ ਜੋ ਟੈਕਸ ਹੈ ਕਿੰਨਾ ਬਣਿਆ ਉਹ ਚੈੱਕ ਕਰਨਾ ਹੈ। ਸੋ ਉਹਨੂੰ ਚੈੱਕ ਕਰਨ ਲਈ ਤੁਸੀਂ ਕੀ ਕਰਨਾ, ਤੁਸੀਂ ਇਹਨਾਂ 3 ਡੋਟਸ ਨੂੰ ਟੱਚ ਕਰਨਾ ਹੈ। ਟੱਚ ਕਰਨ ਤੋਂ ਬਾਅਦ ਜੋ ਇੱਕ ਨਵਾਂ ਇੰਟਰਫੇਸ ਇੱਥੇ ਖੁੱਲਦਾ, ਇਹਦੇ ਵਿੱਚ ਤੁਸੀਂ ਜਾਣਾ AIS ਵਿੱਚ। AIS ਦਾ ਮਤਲਬ ਹੁੰਦਾ ਹੈ ਐਨੂਅਲ ਇਨਕਮ ਸਟੇਟਮੈਂਟ। ਸੋ ਤੁਸੀਂ ਇਸ ਐਨੂਅਲ ਇਨਕਮ ਸਟੇਟਮੈਂਟ ਨੂੰ ਚੈੱਕ ਕਰਕੇ ਖੋਲ੍ਹਣਾ ਹੈ। ਸੋ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ ਖੋਲ੍ਹਣ ਦੇ ਲਈ ਇੱਕ ਨਵਾਂ ਪੋਪ ਤੁਸੀਂ ਇਸਨੂੰ ਪ੍ਰੋਸੀਡ ਕਰ ਦੇਣਾ। ਸੋ ਆਪਾਂ ਕੀ ਕਰਾਂਗੇ, ਵਾਰੀ ਵਾਰੀ ਇਹਨਾਂ ਤਿੰਨਾਂ ਆਪਸ਼ਨਸ ਨੂੰ ਡਾਊਨਲੋਡ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ ਜੋ PDF ਨੂੰ ਡਾਊਨਲੋਡ ਕਰਦੇ ਹਾਂ, ਆਪਣਾ ਡਾਊਨਲੋਡ ਹੋ ਚੁੱਕਿਆ। ਸੋ ਹੁਣ ਆਪਾਂ ਦੂਸਰਾ ਫੋਰਮ ਜੋ ਆਪਾਂ ਨੂੰ ਆਪਸ਼ਨ ਸ਼ੋ ਹੋ ਰਹੀ ਹੈ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ, ਸੋ ਇਹਦੇ ਵਿੱਚ ਕੀ ਹੈ ਕਿ ਆਪਣੀ ਇਨਕਮ ਦੀ ਜੋ ਡਿਟੇਲ ਹੈਗੀ ਹੈ ਕਿ ਕਿੰਨਾ ਟੈਕਸ ਆਪਣਾ ਬਣਦਾ ਹੈ, ਕਿੰਨਾ ਕੱਟਿਆ ਜਾਵੇਗਾ, ਸੋ ਉਹ ਇਹਦੇ ਵਿੱਚ ਹੋਵੇਗੀ। ਸੋ ਇਸ ਨੂੰ ਆਪਾਂ ਡਾਊਨਲੋਡ ਕਰ ਲੈਂਦੇ ਹਾਂ। ਸੋ ਇਹ ਡਾਊਨਲੋਡ ਕਰਨ ਤੋਂ ਪਹਿਲਾਂ ਆਪਾਂ ਤੋਂ ਕੈਪਚਾ ਮੰਗਦਾ ਹੈ, ਸੋ ਆਪਾਂ ਕੈਪਚਾ ਫਿਲ ਕਰਨ ਤੋਂ ਬਾਅਦ ਇਸ ਨੂੰ ਪ੍ਰੋਸੀਡ ਕਰ ਦੇਣਾ ਹੈ। ਸੋ ਜਿਸ ਤਰ੍ਹਾਂ ਆਪਾਂ ਇਸ ਨੂੰ ਪ੍ਰੋਸੀਡ ਕਰਦੇ ਹਾਂ, ਸੋ ਇਹ ਵੀ ਆਪਣੇ ਫੋਨ ਦੇ ਵੀ ਡਾਊਨਲੋਡ ਹੋ ਜਾਂਦਾ ਹੈ। ਸੋ ਹੁਣ ਥਰਡ ਆਪਸ਼ਨ ਆ ਗਈ ਹੈ ਜੀ, ਇਸ ਨੂੰ ਆਪਾਂ ਡਾਊਨਲੋਡ ਕਰਨਾ ਹੈ। ਥਰਡ ਆਪਸ਼ਨ ਹੈਗੀ ਹੈ ਟੈਕਸ ਪੇਅਰ ਇਨਫੋਰਮੇਸ਼ਨ ਸਮਰੀ TIS। ਸੋ ਇਹਦੇ ਵਿੱਚ ਹੈਗੀ ਹੈ ਤੁਹਾਡੀ TDS ਸੰਬੰਧੀ ਸਾਰੀ ਡਿਟੇਲ, ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਕਮ ਹੋਈ ਹੈ ਜਾਂ ਤੁਸੀਂ ਫਿਲ ਕਰਨਾ ਭੁੱਲ ਗਏ, ਸਾਰੀ ਇੱਥੇ ਸ਼ੋ ਹੋਵੇਗੀ। ਸੋ ਆਪਾਂ ਕੋਈ ਵੀ ਤਰ੍ਹਾਂ ਦਾ ਇਨਕਮ ਦਾ ਸਾਧਨ ਆਪਣਾ ਹੁਣ ਛੁਪਾ ਨਹੀਂ ਸਕਦੇ, ਸੋ ਇਹਦੇ ਵਿੱਚ ਸਾਰਾ ਕੁਝ ਸ਼ੋ ਹੋਵੇਗਾ। ਸੋ ਇਸ ਨੂੰ ਵੀ ਆਪਾਂ ਹੁਣ ਡਾਊਨਲੋਡ ਕਰ ਲੈਂਦੇ ਹਾਂ। ਸੋ ਕਈ ਵਾਰ ਇਸ ਤਰ੍ਹਾਂ ਦਾ ਇਨਕਮ ਆਪਾਂ ਨੂੰ ਆਈ ਹੁੰਦੀ ਹੈ ਪਰ ਆਪਾਂ ਪਾਸਬੁੱਕ ਨਹੀਂ ਚੈੱਕ ਕੀਤੀ ਹੁੰਦੀ, ਪਰ ਇੱਥੇ ਉਹ ਤੁਹਾਨੂੰ ਸ਼ੋ ਹੋ ਜਾਵੇਗੀ। ਸੋ ਇਹ ਆਪਾਂ ਹੁਣ ਡਾਊਨਲੋਡ ਕਰ ਲਈਏ। ਸੋ ਹੁਣ ਆਪਾਂ ਇਸ ਨੂੰ ਖੋਲਾਂਗੇ ਜੀ। ਸੋ ਐਨੂਅਲ ਇਨਫੋਰਮੇਸ਼ਨ ਸਟੇਟਮੈਂਟ ਡਾਊਨਲੋਡ ਕਰਨ ਤੋਂ ਬਾਅਦ ਆਪਾਂ ਹੁਣ ਬੈਕ ਜਾਣਾ। ਸੋ ਬੈਕ ਜਾਣ ਲਈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਇਹ ਵਾਲੇ ਕ੍ਰੋਸ ਦਾ ਬਟਨ ਇਸ ਨੂੰ ਟੱਚ ਕਰਨਾ ਹੈ। ਸੋ ਕ੍ਰੋਸ ਦਾ ਬਟਨ ਟੱਚ ਕਰਨ ਤੋਂ ਬਾਅਦ ਤੁਸੀਂ ਬੈਕ ਬਟਨ ਨੂੰ, ਯਾਨੀ ਕਿ ਜੋ ਇਸ ਜਗ੍ਹਾ 'ਤੇ ਬੈਕ ਬਟਨ ਹੁੰਦਾ ਵਾ, ਉਸ ਨੂੰ ਟੱਚ ਕਰਨਾ। ਸੋ ਆਪਾਂ ਬੈਕ ਬਟਨ ਦੇ ਇੱਥੇ ਆਪਣਾ ਆਪਸ਼ਨ ਹੈ ਕਿ ਚੇਂਜਿਸ ਦੈਟ ਯੂ ਮੇਡ ਮੇ ਨੋਟ ਬੀ ਸੇਵਡ, ਇਸ ਨੂੰ ਲੀਵ ਕਰ ਦਿਓ। ਸੋ ਆਪਾਂ ਇੱਥੋਂ ਲੀਵ ਕਰਾਂਗੇ ਇਸ ਨੂੰ। ਸੋ ਲੀਵ ਕਰਨ ਤੋਂ ਬਾਅਦ ਆਪਾਂ ਵਾਪਸ ਆਪਣੀ
ਇਨਕਮ ਟੈਕਸ ਵਾਲੇ ਜੋ ਮੇਨ ਪੇਜ ਹੈਗਾ ਵਾ ਉੱਥੇ ਆ ਚੁੱਕੇ ਹਾਂ ਔਰ ਜੋ ਆਪਣੀ EIS ਹੈ ਉਹ ਡਾਊਨਲੋਡ ਹੋ ਚੁੱਕੀ ਹੈ ਉਸਦਾ ਪ੍ਰਿੰਟ ਕੱਢ ਕੇ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਦੀ ਕਟੌਤੀਆਂ ਕਿਸ ਤਰ੍ਹਾਂ ਦੀ ਇਨਕਮ ਆਪਾਂ ਨੂੰ ਪੂਰੇ ਸਾਲ ਦੇ ਵਿੱਚ ਹੋਈ ਹੈ। ਸੋ ਹੁਣ ਆਪਾਂ ਮੇਨ ਪੇਜ 'ਤੇ ਆ ਗਏ ਹਾਂ, ਇਸ ਜਗ੍ਹਾ 'ਤੇ ਉੱਪਰ ਤੁਹਾਨੂੰ ਹੁਣ ਮੈਂ ਫਾਈਲ ਨਾਓ ਦੀ ਆਪਸ਼ਨ ਟੱਚ ਕਰਕੇ ਇਸ ਨੂੰ ਫਾਈਲ ਕਰਨ ਦੀ ਪ੍ਰੋਸੈਸ ਦਿਖਾਉਣਾ ਵਾ ਅਤੇ ਨਾਲ ਨਾਲ ਤੁਹਾਨੂੰ ਜੋ ਪ੍ਰਿੰਟ ਕੱਢੇ ਆ ਉਹਨਾਂ ਦੀ ਪ੍ਰਿੰਟ ਤੁਹਾਨੂੰ ਵੀਡੀਓ ਨਹੀਂ ਦਿਖਾਉਂਦੇ ਰਹਾਂਗੇ ਕਿ ਸਾਡੀ ਇਨਕਮ ਕਿਸ ਤਰ੍ਹਾਂ ਸ਼ੋਅ ਹੋ ਰਹੀ ਸੀ। ਸੋ ਫਾਈਲ ਨਾਲ ਟੱਚ ਕਰਦੇ ਹੀ ਆਪਣੇ ਸਾਹਮਣੇ ਸਿਲੈਕਟ ਦਾ ਅਸੈਸਮੈਂਟ ਜੀਅਰ ਆ ਰਿਹਾ ਵਾ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਅਗਲੀ ਆਪਸ਼ਨ ਆ ਰਹੀ ਹੈ ਸਿਲੈਕਟ ਦਾ ਅਸੈਸਮੈਂਟ ਜੀਅਰ। ਸੋ ਜੋ ਅਸੈਸਮੈਂਟ ਜੀਅਰ ਹੈ 24-25 ਆਲਰੇਡੀ ਸਿਲੈਕਟ ਹੈਗਾ ਵਾ, ਤੁਸੀਂ ਇਸਨੂੰ ਇਹੀ ਸਿਲੈਕਟ ਰਹਿਣ ਦੇਣਾ ਵਾ ਔਰ ਇਸ ਤੋਂ ਬਾਅਦ ਤੁਸੀਂ ਅਗਲੀ ਆਪਸ਼ਨ 'ਤੇ ਜਾਣਾ। ਅਗਲੀ ਆਪਸ਼ਨ ਸੈਕਿੰਡ ਨੰਬਰ 'ਤੇ ਆ ਰਹੀ ਹੈ ਕਿ ਕਿਸ ਮੋਡ 'ਤੇ ਤੁਸੀਂ ਇਨਕਮ ਟੈਕਸ ਫਾਈਲ ਕਰਨਾ, ਤੁਸੀਂ ਔਨਲਾਈਨ ਮੋਡ ਦੇ ਵਿੱਚ ਫਾਈਲ ਕਰਨਾ। ਸੋ ਔਨਲਾਈਨ ਨੂੰ ਸਿਲੈਕਟ ਕਰ ਲੈਣਾ, ਆਫਲਾਈਨ ਜੋ ਮੋਡ ਹੈਗਾ ਵਾ ਉਹ ਪ੍ਰੋਸੈਸ ਥੋੜ੍ਹੀ ਲੰਬੀ ਹੈ ਔਰ ਇਸ ਤੋਂ ਬਾਅਦ ਨੀਚੇ ਤੁਸੀਂ ਦੇਖ ਸਕਦੇ ਹੋ ਕੰਟੀਨਿਊ ਦੀ ਬਟਨ ਦੀ ਆਪਸ਼ਨ ਆ ਰਹੀ ਹੈ। ਸੋ ਤੁਸੀਂ ਹੁਣ ਇਸ ਨੂੰ ਬਲੂ ਟਿਕ ਲਗਾਉਣ ਤੋਂ ਬਾਅਦ ਔਨਲਾਈਨ ਮੋਡ ਨੂੰ ਕੰਟੀਨਿਊ ਦੇ ਬਟਨ ਨੂੰ ਟੱਚ ਕਰ ਲੈਣਾ। ਸੋ ਮੈਂ ਕੰਟੀਨਿਊ ਦੇ ਬਟਨ ਨੂੰ ਟੱਚ ਕਰਨ ਜਾ ਰਿਹਾ ਹਾਂ। ਕੰਟੀਨਿਊ ਦੇ ਬਟਨ ਨੂੰ ਟੱਚ ਕਰਦੇ ਹੀ ਆਪਣੇ ਸਾਹਮਣੇ ਫਿਰ ਤੋਂ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਔਰ ਪ੍ਰੋਸੈਸਿੰਗ ਸ਼ੁਰੂ ਹੋਣ ਤੋਂ ਬਾਅਦ ਆਪਣੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲ੍ਹ ਕੇ ਆਉਂਦਾ ਹੈ ਜਿਹਦੇ ਵਿੱਚ ਆਪਾਂ ਤੋਂ ਪੁੱਛਦਾ ਹੈ ਕਿ ਪਲੀਜ਼ ਸਿਲੈਕਟ ਦਾ ਸਟੇਟਸ ਐਪਲੀਕੇਬਲ, ਕਿ ਤੁਸੀਂ ਕਿਸ ਸਟੇਟਸ ਦੇ ਵਿੱਚ ਆਪਣਾ ਜੋ ITR ਭਰਨਾ ਚਾਹੁੰਦੇ ਹੋ। ਸੋ ਇੱਥੇ ITR ਫਿਲ ਕਰਨ ਦੇ ਲਈ ਆਪਾਂ ਇੰਡੀਵਿਜੁਅਲ ਦੀ ਆਪਸ਼ਨ ਨੂੰ ਚੁਣਾਂਗੇ, ਸੈਲਰੀਡ ਪਰਸਨ ਨੇ ਇਸ ਨੂੰ ਚੁਣ ਕੇ ਪ੍ਰੋਸੀਡ ਕਰ ਦੇਣਾ। ਸੋ ਅੱਗੇ ਪ੍ਰੋਸੀਡ ਕਰਦੇ ਆਪਣੇ ਸਾਹਮਣੇ ਇੱਕ ਹੋਰ ਆਪਸ਼ਨ ਆਉਂਦੀ ਹੈ ਕਿ ਤੁਸੀਂ ਜੋ ITR ਹੈਗੀ ਹੈ ਉਹ ਕਿਸ ਫੋਰਮ ਵਿੱਚ ਕਰਨੀ ਹੈ। ਇੱਕ ITR 1, 2, 3 ਕਈ ਤਰ੍ਹਾਂ ਦੀ ITR ਹੁੰਦੀਆਂ ਨੇ। ਸੋ ਇਹਦੇ ਵਿੱਚ ਆਪਾਂ ਜੋ ਹੈਗਾ ਵਾ ਤੁਹਾਨੂੰ ਇਕੱਲੀ ITR ਬਾਰੇ ਦੱਸ ਦਿਆਂਗੇ ਕਿ ITR 1 ਕੌਣ ਭਰ ਸਕਦਾ, ITR 2 ਕੌਣ ਭਰ ਸਕਦਾ। ਹਾਂਜੀ, ਜੋ ITR 1 ਹੈ ਉਹ ਸੈਲਰੀਡ ਪਰਸਨ ਨੇ ਭਰਨੀ ਹੈ, ਚਾਹੇ ਇਹ ਸੈਲਰੀ ਤੁਹਾਨੂੰ ਪ੍ਰਾਈਵੇਟ ਜੋਬ ਦੇ ਰਾਹੀਂ ਆ ਰਹੀ ਹੈ, ਚਾਹੇ ਕਿਸੇ ਟਿਊਸ਼ਨ ਦੇ ਰਾਹੀਂ ਆ ਰਹੀ ਹੈ, ਜਾਂ ਫਿਰ ਤੁਹਾਨੂੰ ਕਿਸੇ ਬੈਂਕ 'ਚ ਪੈਸੇ ਪਏ ਤੋਂ ਵਿਆਜ ਰਾਹੀਂ ਸੈਲਰੀ ਆ ਰਹੀ ਹੈ। ਇਸ ਤਰ੍ਹਾਂ ਦੀ ਜੋ ਵੀ ਸੈਲਰੀ ਤੁਹਾਨੂੰ ਆ ਰਹੀ ਹੈ ਉਹਨਾਂ ਨੇ ਇਹ ITR 1 ਦੇ ਰਾਹੀਂ ਆਪਣੀ ਰਿਟਰਨ ਭਰਨੀ ਹੈ। ਸੋ ITR 2 ਕਿੰਨਾ ਵਾਸਤੇ, ITR 2 ਉਹਨਾਂ ਵਾਸਤੇ ਜਿਨ੍ਹਾਂ ਦਾ ਕੋਈ ਲਾਰਜ ਸਕੇਲ ਦੇ ਉੱਪਰ ਬਿਜ਼ਨਸ ਚੱਲ ਰਿਹਾ, ਜਿੰਨੇ ਵੀ ਪੂੰਜੀਪਤੀ ਨੇ ਮੇਨਲੀ ਉਹ ITR 2 ਭਰਦੇ ਨੇ। ਸੋ ਆਪਾਂ ਸਾਰੇ ਸੈਲਰੀਡ ਪਰਸਨ ਨੇ ITR 1 ਨੂੰ ਹੀ ਫਿਲ ਕਰਨਾ ਹੈ। ਸੋ ITR 1 ਨੂੰ ਸਿਲੈਕਟ ਕਰਨ ਤੋਂ ਬਾਅਦ ਆਪਾਂ ਫਿਰ ਕੀ ਕਰਾਂਗੇ, ਅੱਗੇ ਜੋ ਆਪਸ਼ਨ ਆ ਰਹੀ ਹੈ ਆਪਾਂ ਨੂੰ ਆਪਾਂ ਸਕਰੋਲ ਡਾਊਨ ਕਰਨਾ ਹੈ। ਸਕਰੋਲ ਡਾਊਨ ਕਰਕੇ ਆਪਾਂ ਜੋ ਨੀਚੇ ਜਾਵਾਂਗੇ ਤਾਂ ਦੇਖੋ ਨੀਚੇ ਆ ਰਿਹਾ ਵਾ ਕੰਟੀਨਿਊ ਵਿਦ ITR 1, ਸੋਰੀ ਪ੍ਰੋਸੀਡ ਵਿਦ ITR 1। ਆਪਾਂ ਪ੍ਰੋਸੀਡ ਵਿਦ ITR 1 ਕਰ ਦੇਣਾ। ਪ੍ਰੋਸੀਡ ਵਿਦ ITR 1 ਕਰਨ ਤੋਂ ਬਾਅਦ ਆਪਣੇ ਸਾਹਮਣੇ ਇੱਕ ਪੋਪਅਪ ਖੁੱਲ੍ਹ ਕੇ ਆਉਂਦਾ ਹੈ ਜਿਸ ਨੂੰ ਕਿ ਆਪਾਂ ਪੜ੍ਹ ਲੈਣਾ ਹੈ। ਇਹਦੇ ਵਿੱਚ ਲਿਖਿਆ ਕਿ ਜੋ ਰਿਟਰਨ ਹੈ ਉਹ ਪ੍ਰੀ ਫਿਲਡ ਹੈਗੀ ਹੈ, ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਵੀ ਕਰ ਸਕਦੇ ਹੋ, ਇਸ ਨੂੰ ਪੱਕੀ ਰਿਟਰਨ ਨਾ ਸਮਝੋ। ਸੋ ਇਸ ਨੂੰ ਪੜ੍ਹਨ ਤੋਂ ਬਾਅਦ ਆਪਾਂ ਓਕੇ ਕਰ ਦੇਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਸਨੂੰ ਓਕੇ ਕਰਤਾ ਹੈ ਔਰ ਓਕੇ ਕਰਨ ਤੋਂ ਬਾਅਦ ਆਪਣੇ ਸਾਹਮਣੇ ਲਿਖਿਆ ਆ ਗਿਆ ਕਿ ITR 1 ਜੋ ਇਨਕਮ ਟੈਕਸ ਰਿਟਰਨ ਹੈਗੀ ਹੈ ITR 1 ਦੇ ਵਿੱਚ ਫਿਲ ਹੋਣਾ ਸ਼ੁਰੂ ਹੋ ਗਈ ਹੈ। ਸੋ ਨੀਚੇ ਆ ਕੇ ਲਿਖਿਆ ਰਿਹਾ ਜੀ ਲੈਟਸ ਗੈਟ ਸਟਾਰਟਡ। ਸੋ ਆਪਾਂ ਲੈਟਸ ਗੈਟ ਸਟਾਰਟਡ ਨੂੰ ਟੱਚ ਕਰ ਦੇਵਾਂਗੇ। ਲੈਟਸ ਗੈਟ ਸਟਾਰਟਡ ਨੂੰ ਟੱਚ ਕਰਦੇ ਆਪਾਂ ਨੂੰ ਪੁੱਛਦਾ ਕਿ ਪਲੀਜ਼ ਆਂਸਰ ਦਾ ਫੋਲੋਇੰਗ ਕੁਐਸਚਨ ਟੂ ਪ੍ਰੋਸੀਡ ਫਰਦਰ। ਸੋ ਇਹਦੇ ਵਿੱਚ ਆਪਾਂ ਨੂੰ ਪੁੱਛਦਾ ਕਿ ਤੁਸੀਂ ਆਪਣੀ ਜੋ ਇਨਕਮ ਟੈਕਸ ਰਿਟਰਨ ਹੈਗੀ ਹੈ ਕਿਸ ਲਿਮਿਟ ਵਿੱਚ ਭਰਨਾ ਚਾਹੁੰਦੇ ਹੋ। ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਆਪਣੀ ਜੋ ਅਗਰ ਸੈਲਰੀਡ ਪਰਸਨ ਹੋ ਤੁਹਾਨੂੰ ਟੈਕਸ ਵੀ ਪੈਂਦਾ ਹੈ ਤਾਂ ਤੁਸੀਂ ਫਸਟ ਆਪਸ਼ਨ ਜੋ ਹੈਗੀ ਹੈ ਟੈਕਸੀਬਲ ਇਨਕਮ ਇਜ਼ ਮੋਰ ਦੈਨ ਦ ਬੇਸਿਕ ਐਗਜ਼ੰਪਸ਼ਨ ਲਿਮਿਟ, ਇਸ ਵਿੱਚ ਵੀ ਫਿਲ ਕਰ ਸਕਦੇ ਹੋ, ਇਸ ਨੂੰ ਵੀ ਟੱਚ ਕਰ ਸਕਦੇ ਹੋ। ਜੋ ਸੈਕਿੰਡ ਆਪਸ਼ਨ ਆ ਰਹੀ ਹੈ ਉਸ ਨੂੰ ਵੀ ਟੱਚ ਕਰ ਸਕਦੇ ਹੋ, ਪਰ ਸੈਕਿੰਡ ਆਪਸ਼ਨ ਮੈਂ ਤੁਹਾਨੂੰ ਜੋ ਥਰਡ ਆਪਸ਼ਨ ਦੇ ਸਕੇਅਰ ਬਾਕਸ ਵਿੱਚ ਬਲੂਟਿਕ ਲੱਗਿਆ ਉਸ ਨੂੰ ਬਲੂਟਿਕ ਕਰਨਾ ਪਵੇਗਾ, ਜ਼ਰੂਰੀ ਹੈ। ਔਰ ਅਗਰ ਤੁਹਾਨੂੰ ਇਨਕਮ ਟੈਕਸ ਨਹੀਂ ਪੈਂਦਾ, ਤੁਸੀਂ ਸੈਲਰੀ ਲੈਂਦੇ ਹੋ ਪਰ ਇਨਕਮ ਟੈਕਸ ਤੁਹਾਨੂੰ ਨਹੀਂ ਪੈਂਦਾ ਤਾਂ ਤੁਸੀਂ ਅਦਰਸ ਵਾਲੀ ਆਪਸ਼ਨ ਨੂੰ ਟੱਚ ਕਰ ਸਕਦੇ ਹੋ। ਸੋ ਆਪਾਂ ਸੈਕਿੰਡ ਵਾਲੀ ਆਪਸ਼ਨ ਨੂੰ ਟੱਚ ਕਰਕੇ ਔਰ ਥਰਡ ਵਾਲੇ ਸਕੇਅਰ ਬਾਕਸ ਨੂੰ ਕਲਿੱਕ ਕਰਕੇ ਹੁਣ ਆਪਾਂ ਕੰਟੀਨਿਊ ਦੇ ਨੀਚੇ ਜੋ ਬਟਨ ਆ ਰਿਹਾ ਵਾ ਉਸ 'ਤੇ ਕੰਟੀਨਿਊ ਨੂੰ ਕਲਿੱਕ ਕਰ ਦੇਵਾਂਗੇ। ਸੋ ਇਸ 'ਤੇ ਕਲਿੱਕ ਕਰਦੀ ਪ੍ਰੋਸੈਸਿੰਗ ਹੋਣਾ ਸ਼ੁਰੂ ਹੋ ਜਾਂਦੀ ਹੈ ਔਰ ਆਪਣੇ ਸਾਹਮਣੇ ਇੱਕ ਨਵਾਂ ਇੰਟਰਫੇਸ ਖੁੱਲ੍ਹ ਕੇ ਆਉਂਦਾ। ਪਹਿਲਾਂ ਇੱਕ ਪੋਪਅਪ ਆ ਜਾਂਦਾ ਜੋ ਕਿ ਕਹਿੰਦਾ ਕਿ ਜਿੰਨੀ ਵੀ ਤੁਸੀਂ ਅੱਗੇ ਕੰਮ ਕਰੋਗੇ ਰਿਟਰਨ ਭਰੋਗੇ ਸਾਰੀ ਪ੍ਰੀ ਫਿਲਡ ਹੈਗੀ ਹੈ, ਤੁਸੀਂ ਇਸ ਨੂੰ ਆਪਦੇ ਹਿਸਾਬ ਨਾਲ ਐਡਿਟ ਕਰ ਸਕਦੇ ਹੋ, ਇਸ ਨੂੰ ਪੱਕੀ ਨਾ ਸਮਝਾਵੇ। ਸੋ ਇਸ ਨੂੰ ਓਕੇ ਕਰਨ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਸੋ ਹੁਣ ਆਪਾਂ ਇੱਕ ਤਰ੍ਹਾਂ ਨਾਲ ਉਸ ਮੇਨ ਪੇਜ 'ਤੇ ਆ ਚੁੱਕੇ ਹਾਂ ਜਿੱਥੇ ਕਿ ਰਿਟਰਨ ਭਰਨੀ ਸ਼ੁਰੂ ਹੁੰਦੀ ਹੈ। ਸੋ ਇੱਥੇ ਲਿਖਿਆ ਰਿਹਾ ਕਿ ਲੈਟਸ ਵੈਲੀਡੇਟ ਯੂਅਰ
ਪ੍ਰੀ ਫਿਲਡ ਰਿਟਰਨ ਕਿ ਤੁਹਾਡੀ ਪਹਿਲਾਂ ਤੋਂ ਭਰੀ ਗਈ ਰਿਟਰਨ ਨੂੰ ਆਪਾਂ ਵੈਲੀਡੇਟ ਕਰਦੇ ਹਾਂ, ਭਰਨਾ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲੀ ਆ ਰਹੀ ਹੈ ਜੀ ਪਰਸਨਲ ਇਨਫੋਰਮੇਸ਼ਨ। ਸੋ ਤੁਸੀਂ ਦੇਖ ਸਕਦੇ ਕਿ ਆਪਾਂ ਸਭ ਤੋਂ ਪਹਿਲਾਂ ਪਰਸਨਲ ਇਨਫੋਰਮੇਸ਼ਨ ਵਾਲਾ ਜੋ ਪਾਰਟ ਹੈ ਉਸਨੂੰ ਖੋਲ੍ਹ ਕੇ ਭਰਨਾ ਹੈ, ਜੋ ਬਾਕੀ ਨੀਚੇ ਪਾਰਟ ਆ ਰਿਹਾ ਗਰੋਸ ਟੋਟਲ ਇਨਕਮ ਟੋਟਲ ਡਿਡਕਸ਼ਨ, ਇਹ ਸਾਰੇ ਹਜੇ ਬਲਰ ਨੇ, ਇਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ ਜਦ ਤੱਕ ਆਪਾਂ ਪਰਸਨਲ ਇਨਫੋਰਮੇਸ਼ਨ ਨੂੰ ਚੈੱਕ ਨਹੀਂ ਕਰ ਲੈਂਦੇ, ਇਸ ਨੂੰ ਓਕੇ ਨਹੀਂ ਕਰ ਦਿੰਦੇ। ਸੋ ਆਪਾਂ ਅਗਲੀਆਂ ਆਪਸ਼ਨਾਂ ਨੂੰ ਟੱਚ ਨਹੀਂ ਕਰ ਸਕਦੇ, ਨਾ ਹੀ ਉਹਨਾਂ ਨੂੰ ਭਰ ਸਕਦੇ। ਸੋ ਸਭ ਤੋਂ ਪਹਿਲਾਂ ਆਪਾਂ ਹੁਣ ਪਰਸਨਲ ਇਨਫੋਰਮੇਸ਼ਨ ਨੂੰ ਟੱਚ ਕਰਕੇ ਖੋਲ ਲਵਾਂਗੇ। ਸੋ ਜਿਹਦੇ ਵਿੱਚ ਕਿ ਆਪਣੀ ਡਿਟੇਲ ਆਉਂਦੀ ਹੈ ਸਟਾਰਟਿੰਗ ਵਿੱਚ ਸਾਰੀ। ਸੋ ਅੱਗੇ ਆਪਸ਼ਨ ਆ ਰਹੀ ਹੈ ਜੀ ਵੈਰੀਫਾਈ ਯੂਅਰ ਪਰਸਨਲ ਇਨਫੋਰਮੇਸ਼ਨ, ਇਹਦੇ ਵਿੱਚ ਤੁਹਾਡਾ ਨੇਮ, ਤੁਹਾਡਾ ਆਧਾਰ ਕਾਰਡ ਨੰਬਰ, ਤੁਹਾਡੀ ਜਨਮ ਤਰੀਕ, ਤੁਹਾਡਾ ਪੈਨ ਨੰਬਰ, ਸਭ ਕੁਝ ਦਿਖਾਇਆ ਜਾ ਰਿਹਾ। ਤੁਸੀਂ ਇੱਕ ਵਾਰੀ ਇਸਨੂੰ ਚੈੱਕ ਕਰ ਲੈਣਾ ਕਿ ਤੁਹਾਡਾ ਇਹ ਸਭ ਕੁਝ ਸਹੀ ਹੈਗਾ ਵਾ। ਇਸ ਤੋਂ ਇਲਾਵਾ ਅੱਗੇ ਤੁਹਾਡਾ ਜੋ ਕੰਟੈਕਟ ਨੰਬਰ ਹੈਗਾ, ਤੁਹਾਡਾ ਹਾਊਸ ਐਡਰੈਸ ਔਰ ਤੁਹਾਡਾ ਮੋਬਾਈਲ ਨੰਬਰ, ਈਮੇਲ ਐਡਰੈਸ ਵੀ ਸ਼ੋਅ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਇਹ ਐਡੀਟੇਬਲ ਹੈਗਾ ਵਾ। ਅਗਰ ਤੁਹਾਡੇ ਨਾਮ ਦੇ ਵਿੱਚ ਜਾਂ ਤੁਹਾਡੇ ਐਡਰੈਸ ਵੀ ਗੜਬੜ ਹੈਗੀ ਹੈ, ਤੁਸੀਂ ਇਸਨੂੰ ਇੱਥੋਂ ਐਡਿਟ ਦਾ ਬਟਨ ਦੱਬ ਕੇ ਸਹੀ ਕਰ ਸਕਦੇ ਹੋ। ਇਸ ਨੂੰ ਸਹੀ ਕਰ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਜਦੋਂ ਇਨਕਮ ਟੈਕਸ ਨੂੰ ਗਲਤ ਐਡਰੈਸ 'ਤੇ ਹੀ ਫਾਈਲ ਕਰ ਲੈਂਦੇ ਹਾਂ ਜਾਂ ਥੋੜ੍ਹੀ ਜਿਹੀ ਮਿਸਟੇਕ 'ਤੇ ਫਾਈਲ ਕਰ ਲੈਂਦੇ ਹਾਂ, ਕੱਲ੍ਹ ਨੂੰ ਕਿਸੇ ਇਸ ਤਰ੍ਹਾਂ ਦੇ ਕੇਸ ਵਿੱਚ ਜਦੋਂ ਆਪਾਂ ਨੂੰ ਰਿਟਰਨ ਸ਼ੋਅ ਕਰਨੀ ਹੁੰਦੀ ਹੈ, ਉੱਥੇ ਜਦੋਂ ਆਪਣਾ ਐਡਰੈਸ ਜਾਂ ਫੋਨ ਨੰਬਰ ਜਾਂ ਈਮੇਲ ਆਈ ਡੀ ਗਲਤ ਹੁੰਦੀ ਹੈ ਤਾਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਹਨਾਂ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਸੀਂ ਕੀ ਕਰਨਾ, ਆਪਣਾ ਜੋ ਕਿ ਡਿਟੇਲ ਹੈਗੀ ਹੈ ਪੂਰੀ ਸਹੀ ਸਹੀ ਹੋਣੀ ਚੈੱਕ ਕਰ ਲੈਣੀ ਹੈ। ਸੋ ਹੁਣ ਅੱਗੇ ਆਪਸ਼ਨ ਆ ਰਹੀ ਹੈ ਨੇਚਰ ਆਫ ਇੰਪਲੋਇਮੈਂਟ ਦੀ। ਤੋ ਇਹਦੇ ਵਿੱਚ ਕੀ ਹੈ ਕਿ ਤੁਸੀਂ ਅਗਰ ਸਟੇਟ ਗੌਰਮੈਂਟ ਦੇ ਇੰਪਲੋਈ ਹੈਗੇ ਹੋ ਤਾਂ ਤੁਸੀਂ ਸਟੇਟ ਗੌਰਮੈਂਟ ਨੂੰ ਕਲਿੱਕ ਕਰ ਲੈਣਾ, ਅਗਰ ਸੈਂਟਰ ਦੇ ਹੈਗੇ ਹੋ ਤਾਂ ਉਸ ਹਿਸਾਬ ਨਾਲ ਤੁਸੀਂ ਆਪਣਾ ਉਸਨੂੰ ਟੱਚ ਕਰ ਲੈਣਾ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਅਗਲੇ ਆ ਰਹੇ ਫੀਲਿੰਗ ਸੈਕਸ਼ਨ। ਸੋ ਇਹਦੇ ਵਿੱਚ ਦੇਖੋ ਤਿੰਨ ਚਾਰ ਚੀਜ਼ਾਂ ਪੁੱਛੀਆਂ ਜਾ ਰਹੀਆਂ ਨੇ। ਸਭ ਤੋਂ ਪਹਿਲਾਂ 149 ਬ੍ਰੈਕਟ 1 ਆ ਰਿਹਾ ਵਾ। 149 ਬ੍ਰੈਕਟ 1 ਆਪਾਂ ਉਸ ਸਮੇਂ ਕਲਿੱਕ ਕਰਨਾ ਹੈ ਜਦੋਂ ਆਪਾਂ ਡਿਊ ਡੇਟ ਤੋਂ ਪਹਿਲਾਂ ਇਨਕਮ ਟੈਕਸ ਰਿਟਰਨ ਨੂੰ ਫਾਈਲ ਕਰ ਰਹੇ ਹਾਂ। ਪਰ ਅਗਰ ਆਪਾਂ ਡਿਊ ਡੇਟ ਯਾਨੀ ਕਿ 31 ਜੁਲਾਈ ਤੋਂ ਬਾਅਦ ਫਾਈਲ ਕਰਦੇ ਹਾਂ ਤਾਂ ਫਿਰ ਆਪਾਂ ਜੋ ਸੈਕਿੰਡ ਨੰਬਰ 'ਤੇ ਆਪਸ਼ਨ ਆ ਰਹੀ ਹੈ 149 ਬ੍ਰੈਕਟ 4 ਉਸ ਨੂੰ ਟੱਚ ਕਰਾਂਗੇ। ਔਰ ਥਰਡ ਨੰਬਰ 'ਤੇ ਆਪਸ਼ਨ ਆ ਰਹੀ ਹੈ 149 ਬ੍ਰੈਕਟ 5, ਇਸ ਆਪਸ਼ਨ ਨੂੰ ਆਪਾਂ ਉਸ ਸਮੇਂ ਟੱਚ ਕਰਨਾ ਹੈ ਜਦੋਂ ਆਪਾਂ ਰਿਵਾਈਜ਼ਡ ਕਰ ਰਹੇ ਹਾਂ, ਆਪਾਂ ਪਹਿਲਾਂ ਰਿਟਰਨ ਫਾਈਲ ਕਰਤੀ ਸੀ ਪਰ ਹੁਣ ਆਪਾਂ ਉਸ ਨੂੰ ਰਿਵਾਈਜ਼ ਕਰ ਰਹੇ ਹਾਂ। ਔਰ ਜੋ ਲਾਸਟ ਵਨ ਆਪਸ਼ਨ ਆ ਰਹੀ ਹੈ 119 ਬ੍ਰੈਕਟ 2B, ਇਹ ਆਪਾਂ ਉਸ ਸਮੇਂ ਭਰਨੀ ਕਿ ਜਦੋਂ ਆਪਾਂ 31 ਜੁਲਾਈ ਤੋਂ ਬਾਅਦ ਰਿਟਰਨ ਭਰਨਾ ਭੁੱਲ ਗਏ ਔਰ ਉਸ ਤੋਂ ਬਾਅਦ ਜੋ ਲਾਸਟ ਡਿਊ ਡੇਟ ਸਰਕਾਰ ਆਪਾਂ ਨੂੰ ਦਿੰਦੀ ਹੈ ਉਸ ਨੂੰ ਵੀ ਭੁੱਲ ਗਏ ਔਰ ਬਹੁਤ ਐਂਡ ਵਿੱਚ ਆਪਾਂ ਨੂੰ ਯਾਦ ਹੈ ਕਿ ਆਪਾਂ ਰਿਟਰਨ ਨਹੀਂ ਭਰੀ, ਤਾਂ ਆਪਾਂ ਉਸ ਸਮੇਂ ਇਸ ਨੂੰ ਟੱਚ ਕਰਕੇ ਜੋ ਵੀ ਜੁਰਮਾਨੇ ਵਗੈਰਾ ਹੋਣਗੇ ਆਪਾਂ ਨੂੰ ਸ਼ੋਅ ਹੋਣਗੇ ਔਰ ਆਪਾਂ ਰਿਟਰਨ ਇੱਥੇ ਫੇਲ ਕਰਾਂਗੇ। ਸੋ ਆਪਾਂ ਹੁਣ 139 ਬ੍ਰੈਕਟ 1 ਨੂੰ ਕਲਿੱਕ ਕਰਨ ਤੋਂ ਬਾਅਦ ਅੱਗੇ ਪ੍ਰੋਸੈਸ ਕਰਦੇ ਹਾਂ, ਅੱਗੇ ਚੱਲਦੇ ਹਾਂ ਜੀ। ਦੇਖੋ ਅੱਗੇ ਜਾ ਕੇ ਆ ਰਿਹਾ ਵਾ ਕਿ ਫਾਈਲ ਇਨ ਰਿਸਪੋਂਸ ਟੂ ਨੋਟਿਸ। ਸੋ ਇਹਨੂੰ ਆਪਾਂ ਨਹੀਂ ਛੇੜਨਾ, ਇਹ ਆਪਾਂ ਉਹਨਾਂ ਹਾਲਾਤਾਂ ਵਿੱਚ ਹੀ ਛੇੜਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਸੀ ਕਿ ਅਗਰ ਆਪਾਂ ਇਨਕਮ ਟੈਕਸ ਰਿਟਰਨ ਭਰਨ ਤੋਂ ਲੇਟ ਹੋ ਜਾਂਦੇ ਹਾਂ ਤਾਂ ਉੱਪਰ ਆ ਰਿਹਾ ਨਾ ਕਿ ਦੇਖੋ 147.5 ਜਾਂ ਫਿਰ 147.4, ਅਗਰ ਇਹਨਾਂ ਆਪਸ਼ਨ ਨੂੰ ਆਪਾਂ ਟੱਚ ਕਰਾਂਗੇ ਤਾਂ ਉਸ ਸਮੇਂ ਇਹ ਆਪਸ਼ਨਾਂ ਵੀ ਹਰੀਆਂ ਹੋ ਜਾਣਗੀਆਂ, ਗ੍ਰੀਨ ਹੋ ਜਾਣਗੀਆਂ ਔਰ ਆਪਾਂ ਇਹਨਾਂ ਨੂੰ ਫਾਈਲ ਕਰ ਸਕਦੇ ਹਾਂ। ਸੋ ਕਿਉਂਕਿ ਹੁਣ ਆਪਾਂ ਡਿਊ ਡੇਟ ਤੋਂ ਪਹਿਲਾਂ ਭਰ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਆਪਾਂ ਖਾਲੀ ਛੱਡ ਦੇਣਾ। ਆਪਾਂ ਹੁਣ ਅੱਗੇ ਚੱਲੇ ਜੀ। ਹਾਂਜੀ, ਹੁਣ ਅੱਗੇ ਆਪਸ਼ਨ ਆ ਰਹੀ ਹੈ ਕਿ ਡੂ ਯੂ ਵਾਂਟ ਟੂ ਓਪਟਿੰਗ ਅ ਨਿਊ ਟੈਕਸ ਰਿਜ਼ੀਮ। ਸੋ ਇਹ ਗੱਲ ਤੁਸੀਂ ਪੂਰੇ ਧਿਆਨ ਨਾਲ ਫਿਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂੰ ਕਿ ਜਦੋਂ ਤੁਸੀਂ ਆਪਣਾ ਫੋਰਮ ਨੰਬਰ 2 ਫਿਲ ਕੀਤਾ ਸੀਗਾ ਉਸ ਸਮੇਂ ਤੁਸੀਂ ਜਿਸ ਰਜੀਮ ਦੇ ਵਿੱਚ ਆਪਣਾ ਆਫਿਸ ਨੂੰ ਭੇਜਿਆ ਸੀਗਾ ਟੈਕਸ ਭਰ ਕੇ, ਅਗਰ ਨਿਊ ਵਿੱਚ ਬੇਸ ਤਾਂ ਨਿਊ ਵਾਲਾ ਤੁਸੀਂ ਇੱਥੇ ਅਡੋਪਟ ਕਰ ਲਿਓ, ਅਗਰ ਓਲਡ ਵਿੱਚ ਬੇਸ ਸੀ ਤਾਂ ਓਲਡ ਵਾਲਾ ਅਡੋਪਟ ਕਰ ਲਿਓ। ਸੋ ਇੱਥੇ ਇਸ ਤਰ੍ਹਾਂ ਹੈਗੀ, ਅਗਰ ਤੁਹਾਡੀ ਜੋ ਸੈਲਰੀ ਹੈਗੀ ਹੈ 12 ਲੱਖ ਤੋਂ ਵੱਧ ਹੈਗੀ ਹੈ ਤਾਂ ਤੁਹਾਨੂੰ ਨਿਊ ਟੈਕਸ ਰਜੀਮ ਭਰਨ ਦੇ ਵਿੱਚ ਫਾਇਦਾ ਹੈ। ਪਰ ਫਿਰ ਵੀ ਇੱਥੇ ਗਲਤੀ ਆਉਂਦੀ ਜੋ ਹੈਗੀ ਹੈ ਕਿ ਅਗਰ ਤੁਹਾਡੀ ਸੈਲਰੀ ਤਾਂ ਵੱਧ ਹੈਗੀ ਹੈ ਪਰ ਤੁਸੀਂ ਸੈਲਰੀ ਦੇ ਨਾਲ ਨਾਲ ਹਾਊਸ ਲੋਨ ਵੀ ਲੈ ਰੱਖਿਆ ਹੈ ਔਰ ਹੈਲਥ ਇੰਸ਼ੋਰੈਂਸ ਪਾਲਿਸੀ ਵੀ ਲੈ ਰੱਖੀਆਂ ਨੇ, ਸੋ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਫਿਰ ਓਲਡ ਟੈਕਸ ਰਜੀਮ ਭਰਨ ਦਾ ਫਾਇਦਾ ਵੀ ਹੈ। ਸੋ ਇਹ ਤੁਹਾਡੇ ਆਪ ਦੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਟੈਕਸ ਰਜੀਮ ਦੇ ਵਿੱਚ ਆਪਣਾ ਜੋ ਹੈਗਾ ਵਾ ਫਾਈਲ ਕਰ ਰਹੇ ਹੋ, ITR ਫਾਈਲ ਕਰਨੀ ਹੈ ਔਰ ਦਫ਼ਤਰ ਨੂੰ ਤੁਸੀਂ ਕਿਸ ਟੈਕਸ ਰਜੀਮ ਵਿੱਚ ਭੇਜਿਆ ਸੀਗਾ। ਸੋ ਇਹ ਤੁਹਾਡੇ ਆਪ ਦੇ ਡਿਪੈਂਡ ਕਰਦਾ। ਸੋ ਅਸੀਂ ਇਹਨੂੰ ਨਿਊ ਦੇ ਵਿੱਚ ਕਰਕੇ ਯੈਸ ਕਰ ਦਿੰਦੇ ਹਾਂ ਔਰ ਅੱਗੇ ਪ੍ਰੋਸੀਡ ਕਰਦੇ ਹਾਂ। ਸੋ ਆਪਾਂ ਯੈਸ ਦੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਅੱਗੇ ਪ੍ਰੋਸੀਡ ਕਰਦੇ ਹਾਂ। ਆਪਾਂ ਸਕਰੋਲ ਡਾਊਨ ਕਰਨਾ ਸ਼ੁਰੂ ਕਰਦੇ ਹਾਂ ਤਾਂ ਨੀਚੇ ਜਾ ਕੇ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਕਿ ਕੁਝ ਕੁਐਸਚਨਸ ਪੁੱਛੇ ਗਏ ਨੇ ਔਰ ਉਹਨਾਂ ਦੇ ਪ੍ਰੀ ਫਿਲਡ ਆਂਸਰ ਯੈਸ ਨੂੰ ਦੇ ਵਿੱਚ ਲਿਖੇ ਗਏ ਨੇ। ਸੋ ਇਹਨਾਂ ਨੂੰ ਆਪਾਂ ਨਹੀਂ ਛੇੜਨਾ, ਇਹਨੂੰ ਇਸੇ ਤਰ੍ਹਾਂ ਯੈਸ ਨੂੰ ਵਿੱਚ ਲਿਖੇ ਰਹਿੰਦੇ ਨੇ। ਆਪਾਂ ਮੇਨ ਧਿਆਨ ਦੇਣਾ ਇਸ ਜਗ੍ਹਾ ਦੇ ਉੱਪਰ, ਦੇਖੋ ਇਸ ਜਗ੍ਹਾ 'ਤੇ ਅਮਾਊਂਟ ਲਿਖੀ ਹੋਈ ਹੈ 86,300 ਸਟਾਈਲ ਪੇ, ਇਹ ਆਪਣਾ ਜੋ ਟੈਕਸ ਹੈਗਾ ਵਾ ਬੰਦਾ ਉਹ ਇੱਥੇ ਲਿਖਿਆ ਹੋਇਆ ਵਾ। ਪਰ ਤੁਸੀਂ ਇਸ ਨੂੰ ਐਡਿਟ ਕਰ ਸਕਦੇ ਹੋ ਕਿਉਂਕਿ ਇਹ ਅਮਾਊਂਟ ਕਈ ਵਾਰ ਸਹੀ ਨਹੀਂ ਹੁੰਦੀ, ਕਈ ਵਾਰ ਆਪਣਾ ਜੋ ਫੋਨ ਨੰਬਰ 16 ਹੁੰਦਾ ਵਾ ਉਹ ਅੱਗੇ ਪਿੱਛੇ ਬਣਿਆ ਹੁੰਦਾ ਵਾ ਔਰ ਇੱਥੇ ਉਹ ਐਡਿਟ ਨਹੀਂ ਹੋ ਪਾਉਂਦਾ।
ਯਾਨੀ ਕਿ ਇੱਥੇ ਸਹੀ ਅਮਾਊਂਟ ਨਹੀਂ ਲਿਖੀ ਜਾਂਦੀ ਹੁੰਦੀ। ਸੋ ਤੁਸੀਂ ਇਹਦੇ ਕੀ ਕਰਨਾ, ਆਪਣੇ ਫੋਰਮ ਨੰਬਰ ਜੋ 16 ਹੈਗਾ ਵਾ ਉਹਦਾ 19 ਨੰਬਰ ਕਾਲਮ ਦੇਖਿਓ, ਉਹਦੇ ਵਿੱਚ ਲਿਖਿਆ ਹੋਏਗਾ ਨੈਟ ਟੈਕਸੀਬਲ ਇਨਕਮ। ਸੋ ਉਹ ਜੋ ਉੱਥੇ ਅਮਾਊਂਟ ਲਿਖੀ ਹੋਈ ਹੈ ਤੁਸੀਂ ਉਹ ਅਮਾਊਂਟ ਇੱਥੇ ਫਿਲ ਕਰ ਦੇਣੀ ਹੈ। ਸੋ ਦੇਖੋ ਇਹ ਐਡੀਟੇਬਲ ਹੈਗਾ ਵਾ, ਮੈਂ ਇਸਨੂੰ ਐਡਿਟ ਕਰ ਰਿਹਾ ਵਾਂ, ਔਰ ਇੱਥੇ ਮੈਂ ਜੋ 19 ਨੰਬਰ ਕਾਲਮ ਦੇ ਵਿੱਚ ਜੋ ਫੋਰਮ ਨੰਬਰ 16 ਆਪਾਂ ਨੂੰ ਆਫਿਸ ਵੱਲੋਂ ਮਿਲਿਆ ਹੈ ਉਸਦੇ 19 ਨੰਬਰ ਕਾਲਮ ਦੇ ਵਿੱਚ ਜੋ ਅਮਾਊਂਟ ਲਿਖੀ ਹੈ ਉਹ ਮੈਂ ਇੱਥੇ ਫਿਲ ਕਰਨ ਜਾ ਰਿਹਾ ਵਾਂ। ਇਸ ਨੂੰ ਫਿਲ ਕਰਨ ਤੋਂ ਬਾਅਦ ਅੱਗੇ ਐਡ ਅਨਦਰ ਦੀ ਆਪਸ਼ਨ ਆਉਂਦੀ ਹੈ, ਆਪਾਂ ਇਸ ਆਪਸ਼ਨ ਨੂੰ ਛੱਡ ਦੇਣਾ, ਆਪਾਂ ਅੱਗੇ ਜਾਣਾ, ਅੱਗੇ ਆਪਾਂ ਤੋਂ ਬੇਸਿਕ ਡਿਟੇਲਸ ਪੁੱਛੀਆਂ ਜਾ ਰਹੀਆਂ ਨੇ। ਸੋ ਬੇਸਿਕ ਡਿਟੇਲਸ ਦੇ ਵਿੱਚ ਕੀ ਹੈ ਕਿ ਆਪਾਂ ਤੋਂ ਬੈਂਕ ਅਕਾਊਂਟ ਨੰਬਰ ਪੁੱਛੇ ਜਾ ਰਿਹਾ, ਤੋ ਇੱਕ ਅਕਾਊਂਟ ਆਪਣਾ ਲਿਖਿਆ ਹੋਇਆ ਆਲਰੇਡੀ ਉਹ ਵੈਲਿਡ ਹੈਗਾ ਵਾ, ਔਰ ਇਸ ਤੋਂ ਬਾਅਦ ਹੋਰ ਬੈਂਕ ਅਕਾਊਂਟ ਐਡ ਕਰਨ ਦੀ ਆਪਸ਼ਨਸ ਵੀ ਹੈਗੀਆਂ ਨੇ। ਸੋ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਹੋਰ ਬੈਂਕ ਅਕਾਊਂਟ ਐਡ ਕਰਨੇ ਆ ਜਾਂ ਨਹੀਂ, ਪਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਤੁਹਾਡੇ ਸਾਰੇ ਬੈਂਕ ਅਕਾਊਂਟਾਂ ਬਾਰੇ ਨੌਲੇਜ ਹੈਗੀ, ਉਹਨਾਂ ਨੂੰ ਸਾਰੇ ਬੈਂਕ ਅਕਾਊਂਟ ਵਿੱਚ ਕਿੰਨਾ ਪੈਸਾ ਪਿਆ ਸਭ ਕੁਝ ਪਤਾ ਹੈ। ਸੋ ਇਹ ਤੁਹਾਡੇ ਲਈ ਫਾਇਦਾ ਹੀ ਹੈਗਾ ਕਿ ਤੁਸੀਂ ਇੱਥੇ ਆਪਣੇ ਬਾਕੀ ਦੇ ਅਕਾਊਂਟ ਵੀ ਐਡ ਕਰ ਦਿੰਦੇ ਆ, ਕਿਉਂਕਿ ਅਗਰ ਤੁਹਾਨੂੰ ਕੋਈ ਵਾਪਸੀ ਹੋਣੀ ਹੋਵੇ ਡਿਪਾਰਟਮੈਂਟ ਇਸ ਇਨਕਮ ਟੈਕਸ ਡਿਪਾਰਟਮੈਂਟ ਵੱਧ ਟੈਕਸ ਭਰਿਆ ਗਿਆ ਹੋਵੇ ਤਾਂ ਤੁਹਾਨੂੰ ਉਹ ਵਾਪਸੀ ਆਰਾਮ ਨਾਲ ਆ ਸਕਦੀ, ਕਿਉਂਕਿ ਅਗਰ ਇੱਕ ਅਕਾਊਂਟ 'ਚ ਪੈਸੇ ਜਮ੍ਹਾਂ ਨਹੀਂ ਹੋਏ ਤਾਂ ਉਹ ਦੂਜੇ ਅਕਾਊਂਟ 'ਚ ਪੈਸੇ ਪਾ ਦਿੰਦੇ ਨੇ। ਸੋ ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਕਿ ਕਨਫਰਮ ਦੀ ਆਪਸ਼ਨ ਆ ਰਹੀ ਹੈ, ਆਪਾਂ ਇਸ ਨੂੰ ਕਨਫਰਮ ਕਰ ਦੇਣਾ ਹੈ। ਸੋ ਕੰਟੀਨਿਊ ਦੇ ਬਟਨ ਨੂੰ ਕਲਿੱਕ ਕਰਨ ਤੋਂ ਬਾਅਦ ਆਪਾਂ ਦੇਖ ਸਕਦੇ ਕਿ ਆਪਾਂ ਗਰੋਸ ਟੋਟਲ ਇਨਕਮ ਦੇ ਅਗਲੇ ਸਟੈਪ ਤੇ ਆ ਚੁੱਕੇ ਹਾਂ, ਜਿਹਦੇ ਵਿੱਚ ਕਿ ਆਪਾਂ ਤੋਂ ਆਪਣੀ ਜੋ ਸੈਲਰੀ ਦੀ ਡਿਟੇਲਸ ਨੇ ਉਹ ਪੁੱਛੀਆਂ ਜਾ ਰਹੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਮੇਰੇ ਅਕਾਊਂਟ ਦੇ ਵਿੱਚ ਇੱਥੇ ਸ਼ੋ ਹੋ ਰਹੀ ਹੈ ਇਨਕਮ, ਉਹ ਪੂਰੇ ਸਾਲ ਦੀ ਜੋ ਨੈਟ ਸੈਲਰੀ ਹੈਗੀ ਹੈ ਉਹ ਸ਼ੋ ਹੋ ਰਹੀ ਹੈ 12,03,374 ਰੁਪਏ। ਇਹ ਐਡੀਟੇਬਲ ਹੈਗੀ ਹੈ, ਅਗਰ ਤੁਹਾਡੀ ਇਨਕਮ ਇਸ ਤੋਂ ਘੱਟ ਜਾਂ ਵੱਧ ਸੀ ਤੁਸੀਂ ਇਸ ਨੂੰ ਐਡਿਟ ਕਰਕੇ ਸਹੀ ਕਰ ਸਕਦੇ ਹੋ। ਇਸ ਤੋਂ ਤੁਸੀਂ ਦੇਖ ਸਕਦੇ ਜਿੰਨੀਆਂ ਵੀ ਐਗਜੰਪਸ਼ਨਸ ਹੈਗੀਆਂ ਨੇ ਸਾਰੀਆਂ ਜੀਰੋ ਸ਼ੋ ਹੋ ਰਹੀਆਂ ਨੇ, ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਨਖਾਹ ਦੇ ਵਿੱਚ ਕੋਈ ਐਗਜੰਪਸ਼ਨ ਨਹੀਂ ਚਾਹੀਦੀ, ਕਿਉਂਕਿ ਆਪਾਂ ਪਿੱਛੇ ਸਾਰੀਆਂ ਐਗਜੰਪਸ਼ਨਸ ਨੂੰ ਜੀਰੋ ਕਰਕੇ ਆਏ ਹਾਂ, ਨੋ ਕਰਕੇ ਆਏ ਹਾਂ। ਸੋ ਆਪਣੇ ਕੋਈ ਇਸ ਤਰ੍ਹਾਂ ਦਾ ਪੈਸਾ ਐਡ ਵੀ ਨਹੀਂ ਹੋਇਆ ਜਿਸ ਉੱਪਰ ਆਪਾਂ ਨੂੰ ਐਗਜੰਪਸ਼ਨ ਲੈਣੀ ਹੋਵੇ। ਸੋ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਜੋ ਆਪਣੀ ਨੈਟ ਸੈਲਰੀ ਹੈ ਉਹ 12,03,374 ਰੁਪਏ ਹੀ ਬਣਦੀ ਹੈ, ਬਾਕੀ 0,0 ਕੱਟਣ ਤੋਂ ਬਾਅਦ ਇਸ ਡਿਡਕਸ਼ਨ 50,000 ਵਿੱਚੋਂ ਕੱਟੀਆਂ ਗਈਆਂ। ਹੁਣ ਆਪਣੀ ਜੋ ਨੈਟ ਟੈਕਸੀਬਲ ਇਨਕਮ ਹੈ ਉਹ 11,53,374 ਰੁਪਏ ਬਣ ਗਈ ਹੈ। ਸੋ ਅੱਗੇ ਆਪਾਂ ਨੂੰ ਪੁੱਛਿਆ ਗਿਆ ਕਿ ਇਨਕਮ ਫਰੋਮ ਹਾਊਸ ਪ੍ਰੋਪਰਟੀ, ਕੀ ਤੁਹਾਨੂੰ ਕੋਈ ਹਾਊਸ ਪ੍ਰੋਪਰਟੀ ਤੋਂ ਇਨਕਮ ਹੁੰਦੀ ਹੈ। ਸੋ ਅਗਰ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਨਕਮ ਇਸ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਇੱਥੇ ਉਹਨੂੰ ਭਰ ਸਕਦੇ ਹੋ। ਸੋ ਇਸ ਕੇਸ ਵਿੱਚ ਨਹੀਂ ਕੋਈ ਹਾਊਸ ਇਸ ਤਰ੍ਹਾਂ ਦੀ ਇਨਕਮ ਹੁੰਦੀ, ਨਾ ਹੀ ਇੱਕ ਤਾਂ ਸ਼ੋ ਹੁੰਦੀ ਹੈ, ਤੁਸੀਂ ਨੋ ਕਰ ਦੇਣਾ। ਸੋ ਅੱਗੇ ਦੇਖੋ ਇੱਕ ਖਾਸ ਚੀਜ਼ ਪੁੱਛੀ ਜਾ ਰਹੀ ਹੈ ਕਿ ਤੁਹਾਨੂੰ ਤੁਹਾਡੇ ਅਕਾਊਂਟ ਵਿੱਚ ਜੋ ਪੈਸਾ ਪਿਆ ਸੀ ਤੁਹਾਨੂੰ ਕਿੰਨਾ ਜਿਹੜਾ ਵਿਆਜ ਲੱਗਿਆ ਵਾ ਉਸ ਪੈਸੇ ਉੱਪਰ, ਤੁਹਾਡੇ ਹੀ ਪੈਸੇ ਉੱਪਰ ਜਿਹੜਾ ਤੁਹਾਨੂੰ ਵਿਆਜ ਲੱਗਿਆ ਵਾ ਉਹਦੇ ਉੱਪਰ ਵੀ ਟੈਕਸ ਕੱਟਿਆ ਜਾਂਦਾ ਵਾ। ਸੋ ਇੱਥੇ ਇਹਨਾਂ ਨੂੰ ਵਿਆਜ ਲੱਗਿਆ ਸੀਗਾ 7,869 ਰੁਪਏ। ਸੋ ਇਹਨਾਂ ਨੇ ਉਹ ਜਿਹੜਾ ਵਿਆਜ ਹੈਗਾ ਵਾ, ਉਹ ਵਿਆਜ ਦੇ ਪੈਸੇ ਇਹਨਾਂ ਦੇ ਜੋ ਟੈਕਸੀਬਲ ਇਨਕਮ ਹੈਗੀ ਆ ਉਹਦੇ ਵਿੱਚ ਪੈਸੇ ਐਡ ਹੋ ਜਾਣਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹ ਇਹਨਾਂ ਨੂੰ ਵਿਆਜ ਲੱਗਿਆ ਔਰ ਇਹਨਾਂ ਦੇ ਪੈਸੇ ਐਡ ਉਹਦੇ ਵਿੱਚ ਹੋ ਗਏ ਆ। ਪਰ ਇੱਥੇ ਖਾਸ ਗੱਲ ਇਹ ਹੈ ਕਿ ਤੁਸੀਂ 10,000 ਰੁਪਏ ਤੱਕ ਦੇ ਵਿਆਜ ਉੱਪਰ ਟੈਕਸ ਤੋਂ ਛੋਟ ਪਾ ਸਕਦੇ ਹੋ, ਤੁਸੀਂ ਇਸ ਨੂੰ ਡਿਲੀਟ ਇੱਥੇ ਕਰ ਸਕਦੇ ਹੋ। ਪਰ ਇਹਦਾ ਕੇਸ ਮੈਂ ਇੱਥੇ ਡਿਲੀਟ ਨਹੀਂ ਕਰਦਾ, ਕਿਉਂਕਿ ਜ਼ਿਆਦਾ ਫਰਕ ਨਹੀਂ ਪੈਂਦਾ 7,869 ਰੁਪਏ ਖਾਤੇ ਵਿੱਚ ਇਨਕਮ ਟੈਕਸ ਦੇ ਵਿੱਚ ਪੈਸੇ ਵਿੱਚ ਐਡ ਹੋਣ ਨਾਲ, ਕੋਈ ਜ਼ਿਆਦਾ ਖਾਸ ਤੁਹਾਡਾ ਨੈਟ ਤੁਹਾਨੂੰ ਜੋ ਹੈਗਾ ਛੂਟ ਨਹੀਂ ਮਿਲਣ ਵਾਲੀ। ਸੋ ਇਸ ਨੂੰ ਲੱਗਿਆ ਰਹਿੰਦਾ। ਸੋ ਇੱਥੇ ਦੇਖ ਸਕਦੇ ਗਰੋਸ ਟੋਟਲ ਇਨਕਮ ਆਪਣੀ ਬਣ ਗਈ 11,68,243 ਰੁਪਏ। ਹੁਣ ਆਪਾਂ ਨੂੰ ਇਸ ਇਨਕਮ ਦੇ ਉੱਪਰ ਟੈਕਸ ਪੈਣਾ ਹੈਗਾ। ਸੋ ਟੈਕਸੀਬਲ ਗਰੋਸ ਟੋਟਲ ਇਨਕਮ ਦਾ ਜੋੜ ਆਉਣ ਤੋਂ ਬਾਅਦ ਆਪਾਂ ਨੂੰ ਅਗਲੀ ਆਪਸ਼ਨ ਜੋ ਆ ਰਹੀ ਹੈ ਉਹ ਆ ਰਹੀ ਹੈ ਜੀ ਐਗਜ਼ੈਂਪਟ ਇਨਕਮ ਦੀ। ਸੋ ਐਗਜ਼ੈਂਪਟ ਇਨਕਮ ਕੀ ਹੁੰਦੀ ਹੈ? ਕੋਈ ਇਸ ਤਰ੍ਹਾਂ ਦੀ ਇਨਕਮ ਜਿਹਦੇ ਉੱਪਰ ਕਿ ਆਪਾਂ ਨੂੰ ਟੈਕਸ ਨਹੀਂ ਪੈਣਾ ਸੀ ਪਰ ਆਪਣੇ ਅਕਾਊਂਟ ਵਿੱਚੋਂ ਪੈਸਾ ਆਇਆ ਸੀ ਜਿਸ ਕਾਰਨ ਉਹ ਆਪਣੀ ਗਰੋਸ ਟੋਟਲ ਇਨਕਮ ਵਿੱਚ ਜੁੜ ਗਿਆ ਔਰ ਆਪਾਂ ਨੂੰ ਉਹਦੇ ਉੱਪਰ ਟੈਕਸ ਪੈ ਰਿਹਾ ਵਾ। ਸੋ ਆਪਾਂ ਇਹ ਪੈਸਾ ਇਨਕਮ ਟੈਕਸ ਨੂੰ ਦੱਸਣਾ ਵਾ ਕਿ ਇਹ ਜੋ ਪੈਸਾ ਹੈਗਾ ਮੈਨੂੰ ਫਲਾਨੀ ਜਗ੍ਹਾ ਤੋਂ ਆਇਆ ਵਾ ਔਰ ਇਹ ਟੈਕਸੀਬਲ ਨਹੀਂ ਹੈਗਾ, ਤਾਂ ਇਹਦੇ ਉੱਪਰ ਟੈਕਸ ਆਪਾਂ ਮਾਈਨਸ ਕਰਕੇ ਡਿਲੀਟ ਕਰ ਸਕਦੇ ਹਾਂ। ਸੋ ਇਹਦੇ ਲਈ ਆਪਾਂ ਕੀ ਕਰਾਂਗੇ? ਆਪਾਂ ਐਡ ਜੋ ਅਨਦਰ ਲਿਖਿਆ ਵਾ ਇਸ ਆਪਸ਼ਨ ਨੂੰ ਟੱਚ ਕਰਾਂਗੇ। ਇਸ ਨੂੰ ਟੱਚ ਕਰਨ ਤੋਂ ਬਾਅਦ ਆਪਣੇ ਸਾਹਮਣੇ ਐਡ ਐਗਜ਼ੈਂਪਟ ਇਨਕਮ ਵਾਲਾ ਪੇਜ ਖੁੱਲਦਾ ਹੈ ਜਿਹਦੇ ਵਿੱਚ ਲਿਖਿਆ ਰਿਹਾ ਨੇਮ ਆਫ ਦਾ ਐਗਜ਼ੈਂਪਟ ਇਨਕਮ ਕਿ ਉਹ ਇਨਕਮ ਦੱਸੋ ਜਿਹਦੇ ਉੱਪਰ ਤੁਸੀਂ ਛੂਟ ਚਾਹੁੰਦੇ ਹੋ। ਸੋ ਇੱਥੇ ਤੋਂ ਕਈ ਤਰ੍ਹਾਂ ਦੀ ਇਨਕਮ ਲਿਖੀ ਹੈ, ਕੋਈ ਐਗਰੀਕਲਚਰ ਤੋਂ ਆਈ ਇਨਕਮ ਜਾਂ ਹੋਰ ਕਈ ਸੋਰਸ ਇੱਥੇ ਇਨਕਮ ਦੇ ਲਿਖੇ ਹੋਏ ਨੇ। ਸੋ ਤੁਸੀਂ ਇਹ ਸਾਰੇ ਸੋਰਸ ਇੱਕ ਵਾਰੀ ਪੜ੍ਹ ਲੈਣੇ ਆ, ਇਹਨਾਂ ਵਿੱਚੋਂ ਜਿਹੜਾ ਵੀ ਸੋਰਸ ਤੁਹਾਡੇ 'ਤੇ ਐਪਲੀਕੇਬਲ ਹੈਗਾ ਵਾ ਔਰ ਜਿਸ ਵੀ ਸੋਰਸ ਤੋਂ ਤੁਹਾਨੂੰ ਵਾਧੂ ਇਨਕਮ ਆਈ ਹੋਈ ਹੈ ਉਹ ਇੱਥੇ ਤੁਹਾਨੂੰ ਸ਼ੋ ਹੋਵੇਗਾ। ਤੁਸੀਂ ਉਹ ਉਸ ਨੂੰ ਟੱਚ ਕਰਕੇ ਆਪਣੀ ਉਹ ਵਾਲੀ ਅਮਾਊਂਟ ਫਿਰ ਤੁਸੀਂ ਇੱਥੇ ਦੱਸ ਸਕਦੇ ਹੋ ਕਿ ਮੈਨੂੰ ਇੰਨਾ ਪੈਸਾ ਤਾਂ ਮੈਨੂੰ ਐਗਰੀਕਲਚਰ ਤੋਂ ਆਇਆ, ਮੈਨੂੰ ਇੰਨਾ ਪੈਸਾ ਹਾਊਸ ਰੈਂਟ ਤੋਂ ਆਇਆ ਜਾਂ ਜਿਸ ਵੀ ਜਗ੍ਹਾ ਤੋਂ ਤੁਹਾਨੂੰ ਇਹ ਪੈਸੇ ਜੋ ਇੱਥੇ ਸ਼ੋ ਕੀਤਾ ਰਿਹਾ ਵਾ ਆਇਆ ਵਾ। ਸੋ ਆਪਾਂ ਨੂੰ ਕੋਈ ਨਹੀਂ ਆਇਆ ਸੀ ਤੋ ਇਸ ਕਰਕੇ ਆਪਾਂ ਅੱਗੇ ਸਕਰੋਲ ਕਰਕੇ ਆਪਾਂ ਕਨਫਰਮ ਦੀ ਜੋ ਆਪਸ਼ਨ ਹੈ ਉਸਨੂੰ ਸਕਰੋਲ ਕਰਕੇ ਟੱਚ ਕਰ ਦਿੰਦੇ ਹਾਂ।
ਸੋ ਇਸ ਨੂੰ ਟੱਚ ਕਰਨ ਤੋਂ ਬਾਅਦ ਆਪਾਂ ਦੇ ਦਿਆਂਗੇ ਪ੍ਰੋਸੈਸਿੰਗ ਹੁੰਦੀ ਹੈ ਔਰ ਆਪਾਂ ਫਿਰ ਤੋਂ ਉਸੇ ਪੇਜ ਦੇ ਉੱਤੇ ਆ ਗਏ ਜਿੱਥੇ ਲਿਖਿਆ ਸੀ ਲੈਟਸ ਵੈਲੀਡੇਟ ਯੂਅਰ ਪ੍ਰੀ ਫਿਲਡ ਰਿਟਰਨ। ਸੋ ਇਹਦੇ ਵਿੱਚ ਆਪਾਂ ਦੇਖ ਸਕਦੇ ਕਿ ਆਪਣੀਆਂ ਜੋ ਦੋ ਆਪਸ਼ਨਾਂ ਨੇ ਪਰਸਨਲ ਇਨਫੋਰਮੇਸ਼ਨ ਵਾਲੀ ਔਰ ਗਰੋਸ ਟੋਟਲ ਇਨਕਮ ਵਾਲੀ ਦੋਨੋਂ ਆਪਸ਼ਨਸ ਗ੍ਰੀਨ ਹੋ ਗਏ ਨੇ, ਗ੍ਰੀਨ ਟਿਕ ਲੱਗ ਗਿਆ ਔਰ ਕੰਪਲੀਟਰ ਲਿਖਿਆ ਆ ਰਿਹਾ ਵਾ। ਸੋ ਹੁਣ ਆਪਾਂ ਜੋ ਅਗਲੀ ਆਪਸ਼ਨ ਆ ਰਹੀ ਹੈ ਟੋਟਲ ਡਿਡਕਸ਼ਨਸ ਵਾਲੀ ਆਪਸ਼ਨ, ਇਹ ਆਪਸ਼ਨ ਜੋ ਆਪਣੀ ਗ੍ਰੀਨ ਹੋ ਗਈ ਹੈ ਮਤਲਬ ਹਰੀ ਹੋ ਚੁੱਕੀ ਹੈ, ਇਸ ਨੂੰ ਆਪਾਂ ਟੱਚ ਕਰ ਸਕਦੇ ਹਾਂ, ਇਹ ਟੱਚੇਬਲ ਹੋ ਗਈ ਹੈ। ਸੋ ਇਹਨੂੰ ਆਪਾਂ ਹੁਣ ਟੱਚ ਕਰਕੇ ਖੋਲ ਲਵਾਂਗੇ। ਸੋ ਬਾਕੀ ਆਪਸ਼ਨ ਹਜੇ ਵੀ ਬਲਰ ਨੇ, ਸੋ ਆਪਾਂ ਹੁਣ ਟੋਟਲ ਡਿਡਕਸ਼ਨਸ ਵਾਲੀ ਆਪਸ਼ਨ ਨੂੰ ਟੱਚ ਕਰਾਂਗੇ ਔਰ ਇਸ ਆਪਸ਼ਨ ਨੂੰ ਖੋਲ ਕੇ ਇੱਥੇ ਜੋ ਵੀ ਡਿਟੇਲ ਆਪਾਂ ਤੋਂ ਪੁੱਛੀ ਜਾਵੇਗੀ ਉਹ ਆਪਾਂ ਇੱਥੇ ਦੇਖ ਸਕਦੇ ਕਿ ਹੁਣ ਆਪਾਂ ਡਿਡਕਸ਼ਨ ਵਾਲੇ ਜਦੋਂ ਪੇਜ ਤੇ ਆ ਗਏ ਤਾਂ ਇਹਦੇ ਉੱਪਰ ਆਪਾਂ ਤੋਂ ਕੁਝ ਕੁਐਸਚਨਸ ਪੁੱਛੇ ਜਾ ਰਹੇ ਆ ਜਿਨ੍ਹਾਂ ਦਾ ਜਵਾਬ ਆਪਾਂ ਯੈਸ ਨੋ ਦੇ ਵਿੱਚ ਦੇਣਾ ਹੈ। ਸੋ ਪਹਿਲਾ ਕੁਐਸਚਨ ਇਹਨਾਂ ਨੇ ਪੁੱਛਿਆ ਕਿ ਆਰ ਯੂ ਐਲੀਜੀਬਲ ਟੂ ਕਲੇਮ ਐਨੀ ਡਿਡਕਸ਼ਨ ਫੋਰ ਡੋਨੇਸ਼ਨ ਪੇਡ, ਕਿ ਤੁਸੀਂ ਕੋਈ ਡੋਨੇਸ਼ਨ ਦਿੱਤੀ ਹੋਵੇ ਇਸ ਤਰ੍ਹਾਂ ਦੀ ਸੰਸਥਾ ਨੂੰ ਜਿਹਨਾਂ ਨੂੰ ਦਾਨ ਕਰਨ ਤੋਂ ਬਾਅਦ ਇਨਕਮ ਟੈਕਸ ਵਿੱਚ ਛੂਟ ਮਿਲਦੀ ਹੋਵੇ ਤਾਂ ਤੁਸੀਂ ਯੈਸ ਨੋ ਕਰੇ ਦੱਸਣਾ ਹੈ, ਪਰ ਆਪਾਂ ਕੋਈ ਦਾਨ ਇਸ ਤਰ੍ਹਾਂ ਦਾ ਨਹੀਂ ਕੀਤਾ, ਸੋ ਆਪਾਂ ਨੋ ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਅਗਲਾ ਪੁੱਛਦਾ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਕੋਈ ਫੰਡ ਦਿੱਤਾ ਹੋਵੇ ਜਿਸ ਔਰ ਇਸ ਤਰ੍ਹਾਂ ਦੀ ਪਾਰਟੀ ਜਿਸ ਨੂੰ ਫੰਡ ਦੇਣ ਤੋਂ ਬਾਅਦ ਤੁਹਾਨੂੰ ਟੈਕਸ ਵਿੱਚ ਛੋਟ ਮਿਲਦੀ ਹੋਵੇ ਤਾਂ ਉਹ ਆਪਾਂ ਦੱਸਣਾ ਹੈ, ਪਰ ਅਗਰ ਆਪਾਂ ਨਹੀਂ ਦਿੱਤਾ ਕਿਸੇ ਨੂੰ ਫੰਡ ਤਾਂ ਆਪਾਂ ਇੱਥੇ ਨੋ ਤੇ ਕਲਿੱਕ ਕਰ ਦੇਣਾ ਹੈ। ਸੋ ਇਸ ਤੋਂ ਬਾਅਦ ਅਗਲਾ ਕੁਐਸਚਨ ਪੁੱਛਿਆ ਜਾ ਰਿਹਾ ਕਿ ਆਰ ਯੂ ਐਲੀਜੀਬਲ ਟੂ ਕਲੇਮ ਐਨੀ ਡਿਡਕਸ਼ਨ ਅੰਡਰ 80U ਫੋਰ ਪਰਸਨ ਵਿਦ ਡਿਸੇਬਿਲਟੀ। ਸੋ ਇਹਦੇ ਵਿੱਚ ਵੀ ਆਪਾਂ ਨੂੰ ਕੋਈ ਡਿਸੇਬਿਲਟੀ ਵਾਲਾ ਬੰਦਾ ਨਹੀਂ ਹੈਗਾ ਤਾਂ ਆਪਾਂ ਇਹਨੂੰ ਵੀ ਆਪਾਂ ਨੋ ਕਰ ਦੇਵਾਂਗੇ। ਸੋ ਇਹ ਸਾਰੇ ਆਪਾਂ ਨੋ ਕਰਦੇ ਜਾਣਾ ਹੈ ਔਰ ਅੱਗੇ ਆਪਾਂ ਤੋਂ ਪੁੱਛਿਆ ਕਿ ਆਰ ਯੂ ਐਲੀਜੀਬਲ ਟੂ ਕਲੇਮ ਐਨੀ ਡਿਡਕਸ਼ਨ ਫੋਰ ਡੋਨੇਸ਼ਨ ਫੋਰ ਦੀ ਸਾਇੰਟਿਫਿਕ। ਸੋ ਕਿਸੇ ਵੀ ਤਰ੍ਹਾਂ ਦੀ ਆਪਾਂ ਡੋਨੇਸ਼ਨ ਨਹੀਂ ਕੀਤੀ, 80C ਜੋ ਕੋਈ ਸਭ ਆਪਣਾ ਨੋ ਆਏਗਾ ਇਹਦੇ ਵਿੱਚ, ਠੀਕ ਹੈ ਜੀ। ਸੋ ਆਪਾਂ ਸਾਰੇ ਨੋ ਕਲਿੱਕ ਕਰਨ ਤੋਂ ਬਾਅਦ ਆਪਾਂ ਅੱਗੇ ਕਲਿੱਕ ਕਰਦੇ ਹਾਂ, ਪਰ ਅਗਰ ਤੁਸੀਂ ਇਹਨਾਂ ਕੁਐਸਚਨ ਨੂੰ ਪੜ੍ਹ ਲਿਆ ਤੁਸੀਂ ਕਿਸੇ ਵਿੱਚ ਵੀ ਕੁਝ ਕੀਤਾ ਤਾਂ ਤੁਸੀਂ ਉਹਨੂੰ ਯੈਸ ਕਰਕੇ ਦੱਸ ਸਕਦੇ ਹੋ। ਸੋ ਅੱਗੇ ਪੁੱਛਿਆ ਜੀ ਆਰ ਯੂ ਐਲੀਜੀਬਲ ਟੂ ਕਲੇਮ ਐਨੀ ਅਨਦਰ ਡਿਡਕਸ਼ਨ, ਇਹ ਵੀ ਆਪਾਂ ਨੋ ਕਰ ਦੇਣੀ ਹੈ। ਇਸ ਤੋਂ ਬਾਅਦ ਆਪਾਂ ਨੂੰ ਕੰਟੀਨਿਊ ਦੀ ਆਪਸ਼ਨ ਆ ਰਹੀ ਹੈ, ਆਪਾਂ ਕੰਟੀਨਿਊ ਦਾ ਬਟਨ ਜੋ ਹੈਗਾ ਵਾ ਕਲਿੱਕ ਕਰ ਦੇਣਾ ਵਾ। ਸੋ ਅਗਰ ਤੁਸੀਂ ਇੱਥੇ ਯੈਸ ਕਰਦੇ ਤਾਂ ਤੁਹਾਨੂੰ ਫਿਰ ਜਿਸ ਹਿਸਾਬ ਦੇ ਨਾਲ ਟੈਕਸ ਵਿੱਚ ਛੂਟ ਮਿਲ ਸਕਦੀ ਸੀ, ਪਰ ਆਪਾਂ ਇਸ ਤਰ੍ਹਾਂ ਦਾਨ ਕੀਤਾ ਹੀ ਨਹੀਂ, ਸੋ ਇਸ ਕਰਕੇ ਆਪਾਂ ਨੂੰ ਕੋਈ ਵੀ ਟੈਕਸ ਛੂਟ ਨਹੀਂ ਮਿਲਣ ਵਾਲੀ। ਹਾਂਜੀ, ਤੁਸੀਂ ਦੇਖ ਸਕਦੇ ਕਨਫਰਮ ਉੱਪਰ ਕਲਿੱਕ ਕਰਨ ਤੋਂ ਬਾਅਦ ਆਪਾਂ ਅਗਲੇ ਪੜਾਅ ਵਿੱਚ ਆ ਜਾਂਦੇ ਹਾਂ ਜਿਹਦੇ ਵਿੱਚ ਕਿ ਆਪਾਂ ਨੂੰ ਵੈਰੀਫਾਈ ਯੂਅਰ ਡਿਡਕਸ਼ਨਸ ਬਾਰੇ ਪੁੱਛਿਆ ਜਾਂਦਾ ਹੈ। ਸੋ ਵੈਰੀਫਾਈ ਯੂਅਰ ਡਿਡਕਸ਼ਨ ਦੇ ਵਿੱਚ ਆਪਾਂ ਜੋ ਵੀ ਇੰਸ਼ੋਰੈਂਸ ਪਾਲਿਸੀਆਂ ਵਗੈਰਾ ਲਈਆਂ ਨੇ ਉਹਨਾਂ ਨੂੰ ਇੱਥੇ ਐਡ ਕਰ ਸਕਦੇ ਹਾਂ, ਪਰ ਕਿਉਂਕਿ ਆਪਾਂ ਨਿਊ ਟੈਕਸ ਰਜੀਮ ਦੇ ਵਿੱਚ ਪੜ ਰਹੇ ਹਾਂ ਤਾਂ ਇੱਥੇ ਆਪਾਂ ਨੂੰ ਇਹ ਪਾਲਿਸੀਆਂ ਸ਼ੋਅ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹਨਾਂ ਦਾ ਆਪਾਂ ਨੂੰ ਕੋਈ ਬੈਨੀਫਿਟ ਵੀ ਹੈ ਨੀਗਾ। ਸੋ ਇਸ ਕਰਕੇ ਆਪਾਂ ਕੀ ਕਰਦੇ ਹਾਂ, ਆਪਾਂ ਅੱਗੇ ਪ੍ਰੋਸੈਸ ਕਰ ਦਿੰਦੇ ਹਾਂ, ਆਪਾਂ ਅੱਗੇ ਇਸ ਨੂੰ ਪ੍ਰੋਸੈਸ ਕਰਨ ਜਾ ਰਹੇ ਹਾਂ। ਤੋ ਇਸ ਨੂੰ ਮੈਂ ਸਕਰੋਲ ਡਾਊਨ ਕਰੂੰਗਾ, ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਆਨਸਰ ਇਹਦੇ ਵਿੱਚ ਦਿੱਤੇ ਨੇ ਸਾਰੇ ਪ੍ਰੀ ਫਿਲਡ ਆ ਰਹੇ, ਆਪਾਂ ਕੋਈ ਵੀ ਇਹਦੇ ਵਿੱਚ ਛੇੜਛਾੜ ਨਹੀਂ ਕਰਨੀ ਔਰ ਸਕਰੋਲ ਡਾਊਨ ਕਰਦੇ ਹੋਏ ਸਾਰਾ ਕੁਝ ਇੱਕ ਵਾਰੀ ਅੱਖਾਂ ਨਾਲ ਪੜ੍ਹਦੇ ਹੋਏ ਆਪਾਂ ਅੱਗੇ ਵਧਣਾ ਹੈ ਔਰ ਨੀਚੇ ਜਾ ਕੇ ਜੋ ਆਪਾਂ ਨੂੰ ਆਪਸ਼ਨ ਆਉਂਦੀ ਹੈ ਕਨਫਰਮ ਦੀ ਉਹਨੂੰ ਕਨਫਰਮ ਕਰਦੇ। ਤੁਸੀਂ ਦੇਖੋ ਟੋਟਲ ਡਿਡਕਸ਼ਨ ਜ਼ੀਰੋ ਲਿਖੀਆਂ ਆ ਰਹੀਆਂ ਕਿਉਂਕਿ ਆਪਾਂ ਕੋਈ ਵੀ ਡਿਡਕਸ਼ਨ ਇੱਥੇ ਸ਼ੋਅ ਨਹੀਂ ਕੀਤੀ ਨਾ ਹੀ ਡਿਡਕਸ਼ਨ ਕਰਵਾਉਣੀ ਹੈ। ਸੋ ਕਨਫਰਮ ਨੂੰ ਕਲਿੱਕ ਕਰ ਦੇਵਾਂਗੇ, ਕਨਫਰਮ ਨੂੰ ਕਲਿੱਕ ਕਰਨ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੁੰਦੀ ਹੈ ਔਰ ਆਪਾਂ ਫਿਰ ਇੱਕ ਨਵੇਂ ਇੰਟਰਫੇਸ ਵਿੱਚ ਆਉਂਦੇ ਹਾਂ ਜਿਹਦੇ ਵਿੱਚ ਸੀਗਾ ਕਿ ਲੈਟਸ ਵੈਲੀਡੇਟ ਯੂਅਰ ਪ੍ਰੀ ਫਿਲਡ ਰਿਟਰਨ, ਉਸ ਪੇਜ 'ਤੇ ਆ ਜਾਂਦੇ ਹਾਂ। ਸੋ ਇਹਦੇ ਵਿੱਚ ਦੇਖੋ ਕਿ ਪਰਸਨਲ ਇਨਫੋਰਮੇਸ਼ਨ ਵੀ ਕੰਪਲੀਟ ਹੋ ਗਈ, ਗਰੋਸ ਟੋਟਲ ਇਨਕਮ ਵੀ ਕੰਪਲੀਟ ਹੋ ਗਈ, ਟੋਟਲ ਡਿਡਕਸ਼ਨ ਵਾਲਾ ਵੀ ਕੰਪਲੀਟ ਹੋ ਗਿਆ ਜੋ ਕਿ ਜ਼ੀਰੋ ਸ਼ੋਅ ਹੋ ਰਿਹਾ ਹੈ। ਸੋ ਹੁਣ ਆਪਾਂ ਅਗਲੇ ਜਾਂਦੇ ਹਾਂ ਜੋ ਕਿ ਆਪਣਾ ਹੁਣ ਟੱਚੇਬਲ ਹੋ ਗਿਆ ਉਹ ਹੈਗਾ ਵਾ ਟੈਕਸ ਪੇਡ। ਤੋ ਹੁਣ ਆਪਾਂ ਇਸ ਨੂੰ ਟੱਚ ਕਰਾਂਗੇ ਔਰ ਟੈਕਸ ਪੇਡ ਨਾਲ ਸੰਬੰਧਿਤ ਕਿੰਨਾ ਆਪਾਂ ਟੈਕਸ ਪੇ ਕਰਨਾ ਹੈ ਉਹ ਸਾਰੀ ਜਾਣਕਾਰੀ ਇੱਥੇ ਆਵੇਗੀ, ਇਸ ਨੂੰ ਆਪਾਂ ਚੈੱਕ ਕਰਾਂਗੇ। ਸੋ ਮੈਂ ਇਸ ਨੂੰ ਟੱਚ ਕਰ ਦਿੰਦਾ ਵਾਂ, ਹੁਣ ਆਪਾਂ ਇਸ ਨੂੰ ਟੱਚ ਕਰਦੇ ਹਾਂ, ਟੱਚ ਕਰਦੇ ਦੇਖੋ ਲੋਡਿੰਗ ਸ਼ੁਰੂ ਹੋ ਜਾਂਦੀ ਹੈ ਔਰ ਲੋਡਿੰਗ ਸ਼ੁਰੂ ਹੁੰਦੇ ਹੀ ਆਪਣੇ ਸਾਹਮਣੇ ਲਿਖਿਆ ਆ ਜਾਂਦਾ ਹੈ ਕਿ ਵੈਰੀਫਾਈ ਯੂਅਰ ਟੈਕਸ ਪੇ ਡਿਟੇਲਸ। ਸੋ ਆਪਾਂ ਦੇਖ ਸਕਦੇ ਕਿ ਇਸ ਜਗ੍ਹਾ ਤੋਂ ਆਪਣਾ ਜੋ ਟੈਕਸ ਡਿਡਕਟਰ ਹੋਣਾ ਹੈ ਉਹ ਲਿਖਿਆ ਹੋਇਆ ਹੈ ਔਰ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਅਗਰ ਤੁਸੀਂ ਪਿੱਛੇ ਜਦੋਂ ਆਪਾਂ ਫੋਰਮ ਫਿਲ ਕਰ ਰਹੇ ਸੀਗੇ ਤਾਂ ਕਈ ਜਗ੍ਹਾ ਦੇ ਉੱਪਰ ਆਪਾਂ ਤੋਂ ਐਗਜ਼ਾਮਸ਼ਨਸ ਪੁੱਛੀਆਂ ਸੀਗੀਆਂ, ਕਈ ਜਗ੍ਹਾ 'ਤੇ ਆਪਾਂ ਡਿਡਕਸ਼ਨਸ ਪੁੱਛੀਆਂ ਸੀਗੀਆਂ, ਕਈ ਜਗ੍ਹਾ 'ਤੇ ਆਪਾਂ ਤੋਂ ਪੁੱਛਿਆ ਸੀ ਕੋਈ ਇਸ ਤਰ੍ਹਾਂ ਦੀ ਚੀਜ਼ ਜੋ ਆਪਾਂ ਐਡ ਕਰਨੀ ਹੋਵੇ ਪਰ ਆਪਾਂ ਨਹੀਂ ਕੀਤੀ। ਅਗਰ ਆਪਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਕੇ ਆਏ, ਸਭ ਕੁਝ ਖਾਲੀ ਛੱਡ ਕੇ ਆਏ ਹਾਂ, ਤਾਂ ਇਹ ਜੋ ਆਪਣਾ ਟੈਕਸ ਸ਼ੋ ਹੋ ਰਿਹਾ ਵਾ ਇਹ ਆਪਣੇ ਫੋਰਮ ਨੰਬਰ 16 ਨਾਲ ਬਿਲਕੁਲ ਮੈਚ ਕਰਦਾ ਹੋਵੇਗਾ, ਪਰ ਅਗਰ ਆਪਾਂ ਕੁਝ ਇਹਦੇ ਵਿੱਚ ਐਡੀਸ਼ਨ ਕਰ ਦਿੱਤੀ ਹੈ ਤਾਂ ਫਿਰ ਇਹ ਫੋਰਮ ਨੰਬਰ 16 ਨਾਲ ਮੈਚ ਨਹੀਂ ਕਰੇਗਾ, ਫਿਰ ਇਹ ਆਪਣੇ ਹਿਸਾਬ ਨਾਲ ਤੁਸੀਂ ਇਸ ਨੂੰ ਅੱਗੇ ਚੈੱਕ ਕਰਨਾ ਕਿ ਤੁਹਾਡਾ ਇਹ ਟੈਕਸ
ਸਹੀ ਕੱਟਿਆ ਗਿਆ ਹੈ ਜਾਂ ਗਲਤ ਕੱਟਿਆ ਗਿਆ ਹੈ। ਪਰ ਇੱਥੇ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਤੁਹਾਨੂੰ ਜ਼ਿਆਦਾ ਮੱਥਾ ਪੱਚੀ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਇਹ ਇਨਕਮ ਟੈਕਸ ਦੀ ਵੈਬਸਾਈਟ ਹੈਗੀ ਹੈ ਅਤੇ ਸਾਰੇ ਟੈਕਸ ਸਹੀ ਤਰੀਕੇ ਨਾਲ ਆਟੋਮੈਟਿਕਲੀ ਫੰਕਸ਼ਨ ਲੱਗਿਆ ਡਿਡਕਟ ਹੁੰਦੇ ਆ। ਸੋ ਤੁਸੀਂ ਦੇਖੋ ਨੀਚੇ ਆਪਣਾ ਟੈਕਸ ਟੋਟਲ ਟੈਕਸ ਪੇਅ 86,327 ਰੁਪਏ ਆ ਰਿਹਾ, ਇਸ ਨੂੰ ਆਪਾਂ ਚੈੱਕ ਕਰਕੇ ਕਨਫਰਮ ਕਰ ਲੈਣਾ। ਕਨਫਰਮ ਕਰਨ ਤੋਂ ਬਾਅਦ ਆਪਾਂ ਹੁਣ ਅਗਲੇ ਪੜਾਅ 'ਤੇ ਆ ਕੇ ਲੈਟਸ ਵੈਲੀਡੇਟ ਯੂਅਰ ਪ੍ਰੀਫਿਲਡ ਅਤੇ ਸੇਮ ਪੇਜ 'ਤੇ ਆ ਕੇ ਆਪਾਂ ਦੇਖ ਸਕਦੇ ਕਿ ਆਪਣੇ ਸਾਰੇ ਕੋਲਮ ਟੋਟਲ ਡਕਸ਼ਨ ਟੈਕਸ ਪੇਅ ਸਾਰੇ ਗ੍ਰੀਨ ਟਿਕ ਹੋ ਚੁੱਕੇ ਨੇ, ਔਰ ਲਾਸਟ ਵਾਲਾ ਰਹਿ ਗਿਆ ਟੋਟਲ ਟੈਕਸ ਲਾਇਬਿਲਟੀ। ਹੁਣ ਆਪਾਂ ਇਸ ਨੂੰ ਟੱਚ ਕਰ ਲੈਣਾ ਔਰ ਟੋਟਲ ਟੈਕਸ ਲਾਇਬਿਲਟੀ ਵਾਲੇ ਪੇਜ 'ਤੇ ਚਲੇ ਜਾਣਾ ਔਰ ਜਾ ਕੇ ਇੱਥੇ ਦੇਖਣਾ ਕਿ ਆਪਾਂ ਨੂੰ ਹੋਰ ਕਿੰਨਾ ਟੈਕਸ ਪਏਗਾ। ਸੋ ਹੁਣ ਆਪਣਾ ਜੋ ਟੈਕਸ ਦਾ ਜੋ ਇਹ ਕੰਪੂਟੇਸ਼ਨ ਕਰ ਰਿਹਾ, ਜਿਸ ਤਰ੍ਹਾਂ ਗਰੋਸ ਟੋਟਲ ਇਨਕਮ ਆਪਣੀ ਸੀਗੀ 11,61,243 ਰੁਪਏ ਔਰ ਟੋਟਲ ਡਿਡਕਸ਼ਨ ਆਪਣੀ 0 ਹੈ। ਸੋ ਇੱਥੇ ਗੱਲ ਦਾ ਖਾਸ ਧਿਆਨ ਰੱਖਣਾ ਕਿ ਟੋਟਲ ਡਿਡਕਸ਼ਨ 0, ਇੱਥੇ ਐਨ ਪੀ ਐਸ ਮੁਲਾਜ਼ਮਾਂ ਦੀ ਸ਼ੋਅ ਨਹੀਂ ਹੋਵੇਗੀ। ਐਨ ਪੀ ਐਸ ਮੁਲਾਜ਼ਮਾਂ ਨੂੰ ਕੋਈ ਛੋਟ ਹੈਗੀ ਹੈ 1,00,000 ਤੱਕ ਦੀ, ਸੋ ਡਿਡਕਸ਼ਨ ਦੇ ਵਿੱਚ ਉਹਨਾਂ ਦਾ ਇੱਥੇ 1,00,000 ਜਾਂ ਜੋ ਵੀ ਅਮਾਊਂਟ ਹੈਗਾ ਵਾ ਉਹਨਾਂ ਦਾ ਇੱਥੇ ਸ਼ੋਅ ਹੋਵੇਗਾ। ਸੋ ਇਹ ਜੋ ਮੁਲਾਜ਼ਮ ਨੇ ਇਹ ਪੁਰਾਣੀ ਪੈਨਸ਼ਨ ਵਾਲੇ ਮੁਲਾਜ਼ਮ ਨੇ, ਇਸ ਲਈ ਇਹਨਾਂ ਦਾ ਇੱਥੇ 0 ਸ਼ੋਅ ਹੋ ਰਿਹਾ ਵਾ। ਸੋ ਡਿਡਕਸ਼ਨ ਇਹਦੇ 0 ਹੋਣ ਤੋਂ ਬਸ ਇਹਨਾਂ ਦੀ ਜੋ ਟੋਟਲ ਇਨਕਮ ਹੈ ਉਹ 11,62,240 ਰੁਪਏ ਪੂਰੀ ਦੀ ਪੂਰੀ ਟੈਕਸੇਬਲ ਹੋ ਚੁੱਕੀ ਹੈ, ਜਿਹਦੇ ਤੋਂ ਟੈਕਸ ਲੱਗਣਾ ਹੈ। ਸੋ ਹੁਣ ਅੱਗੇ ਪੁੱਛ ਕਹਿ ਰਿਹਾ ਜੀ ਟੈਕਸ ਪੇਬਲ ਔਨ ਟੋਟਲ ਇਨਕਮ। ਸੋ ਟੋਟਲ ਇਨਕਮ ਜਿੱਥੇ ਟੈਕਸ ਪੈਣਾ ਹੈ ਉਹ ਹੈਗੀ ਹੈ 1,60,872 ਰੁਪਏ ਔਰ ਰਿਵੇਟ ਇਹਨਾਂ ਨੂੰ 87A ਦੇ ਅੰਡਰ ਕੋਈ ਨਹੀਂ ਮਿਲੀ, ਕਿਉਂਕਿ ਰਿਵੇਟ ਵਾਲੇ ਆਪਾਂ ਸਾਰੇ ਕੋਲਮ ਪਿੱਛੇ 0 ਕਰਕੇ ਆਏ ਹਾਂ। ਆਪਾਂ ਕਿਸੇ ਵੀ ਪਾਰਟੀ ਨੂੰ ਕੋਈ ਫੰਡ ਨਹੀਂ ਦਿੱਤਾ, ਕੋਈ ਵੀ ਇਸ ਤਰ੍ਹਾਂ ਦਾਨ ਪੁੰਨ ਨਹੀਂ ਕੀਤਾ ਜਿਹਦੇ ਆਪਾਂ ਨੂੰ ਰਿਵੇਟ ਮਿਲਦੀ ਹੋਵੇ। ਸੋ ਇਹ ਸਾਰੀ ਇਹਨਾਂ ਦਾ 0 ਆ ਰਿਹਾ ਵਾ। ਸੋ ਅੱਗੇ ਆਪਾਂ ਚੱਲਦੇ ਹਾਂ ਇਹਦਾ ਟੈਕਸ ਪੇਬਲ ਆਫਟਰ ਰਿਵੇਟ, ਵੀ ਰਿਵੇਟ ਵੱਲ ਨੂੰ ਡਿਲੀਟ ਕਰਨ ਤੋਂ ਬਾਅਦ ਮੈਨੇਜ ਕਰਨ ਤੋਂ ਬਾਅਦ ਕਿੰਨਾ ਟੈਕਸ ਬਣਦਾ ਸੀ, ਉਹ ਦਿੱਤਾ ਹੀ ਨਹੀਂ, ਸੋ ਆਪਣਾ ਉਹ ਇਨਕਮ ਓਨੀ ਹੀ ਰਹੇਗੀ। ਸੋ ਸੇਮ ਅਮਾਊਂਟ ਉੱਥੇ ਓਨਾ ਹੀ ਪਿਆ। ਦੇਖੋ ਅੱਗੇ ਆ ਰਿਹਾ ਜੀ ਹੈਲਥ ਐਂਡ ਐਜੂਕੇਸ਼ਨ ਸੈਸ ਐਟ 4%। ਜੋ ਹੈਲਥ ਐਂਡ ਐਜੂਕੇਸ਼ਨ ਸੈਸ ਹੁੰਦਾ ਇਹ ਪੀ ਸਿਸਟਮ ਨੇ ਆਪਣੇ ਆਪ ਹੀ ਤੁਹਾਡੀ ਅਕਾਊਂਟ 'ਚੋਂ ਕੱਟ ਲੈਣਾ ਹੈ, ਤੁਹਾਡੀ ਅਮਾਊਂਟ 'ਚੋਂ ਪੈਸੇ ਉਹਨੇ ਕੱਟ ਲੈਣੇ। ਸੋ ਇਹਨਾਂ ਨੂੰ 6,435 ਰੁਪਏ ਦਾ ਜੋ ਹੈਗਾ ਵਾ ਹੈਲਥ ਐਂਡ ਐਜੂਕੇਸ਼ਨ ਸੈਸ ਲੱਗਿਆ ਹੈ, ਜੋ ਕਿ ਸਿਸਟਮ ਆਟੋਮੈਟਿਕਲੀ ਇਹਨਾਂ ਦਾ ਕੱਟ ਰਿਹਾ ਵਾ। ਸੋ ਇਸ ਨੂੰ ਵਿੱਚੋਂ ਮੈਨੇਜ ਕਰਨ ਤੋਂ ਬਾਅਦ ਜੋੜਨ ਤੋਂ ਬਾਅਦ ਟੋਟਲ ਟੈਕਸ ਜੋ ਹੈਗਾ ਵਾ ਇਹਨਾਂ ਦਾ ਵੱਧ ਗਿਆ 1,67,307 ਰੁਪਏ ਹੋ ਗਿਆ ਵਾ। ਸੋ ਅੱਗੇ ਇੱਕ ਹੋਰ ਆਪਸ਼ਨ ਆ ਰਹੀ ਹੈ ਰਿਲੀਫ ਅੰਡਰ 89। ਸੋ ਇੱਥੇ ਅਗਰ ਕੋਈ ਤੁਸੀਂ ਰਿਲੀਫ ਲੈਣਾ ਚਾਹੁੰਦੇ ਹੋ, ਤੁਹਾਨੂੰ ਕੋਈ ਗ੍ਰੈਚੁਟੀ ਜਾਂ ਸੈਲਰੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਲੀਫ ਹੈਗਾ, ਤੁਸੀਂ ਇੱਥੇ ਇਹ ਡੀਟੇਲ ਆਪਸ਼ਨ ਹੈਗੀ ਹੈ, ਤੁਸੀਂ ਇੱਥੇ ਫਿਲ ਕਰਕੇ ਉਸ ਨੂੰ ਵਿੱਚੋਂ ਮਾਈਨਸ ਕਰਵਾ ਸਕਦੇ ਹੋ। ਹਾਂਜੀ, ਅਗਲੀ ਆਪਸ਼ਨ ਆ ਰਹੀ ਹੈ ਜੀ ਇੰਟਰਸਟ ਅੰਡਰ 234A। ਸੋ ਇਹ ਤੁਹਾਡਾ ਅਮਾਊਂਟ ਇੱਥੇ ਫਿਲਹਾਲ ਦੀ ਕਰੀ 0 ਸ਼ੋ ਹੋ ਰਿਹਾ ਵਾ, ਪਰ ਅਗਰ ਤੁਸੀਂ ਆਪਣਾ ਇਨਕਮ ਟੈਕਸ 31 ਜੁਲਾਈ ਤੋਂ ਬਾਅਦ ਭਰਦੇ ਹੋ ਜਾਂ ਲੇਟ ਭਰਦੇ ਹੋ, ਫਿਰ ਤੁਹਾਨੂੰ ਜੋ ਵੀ ਵਿਆਜ ਜਾਂ ਜੁਰਮਾਨਾ ਪਵੇਗਾ ਉਹ ਇੱਥੇ ਤੁਹਾਡਾ ਸ਼ੋ ਹੋਣ ਲੱਗੇਗਾ, ਜੋ ਕਿ ਤੁਹਾਡੇ ਪੈਸਿਆਂ ਵਿੱਚੋਂ ਕੱਟ ਲਿਆ ਜਾਵੇਗਾ। ਸੋ ਹੁਣ ਅਗਲੀ ਆਪਸ਼ਨ ਆ ਰਹੀ ਹੈ ਇੰਟਰਸਟ ਅੰਡਰ 234B। ਸੋ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਤੁਹਾਨੂੰ ਕੁਛ ਅਮਾਊਂਟ ਹੈਗੀ ਹੈ 3,236 ਰੁਪਏ। ਇਹ ਇੱਕ ਤਰ੍ਹਾਂ ਦਾ ਵਿਆਜ ਥੋਤੋਂ ਇਨਕਮ ਟੈਕਸ ਡਿਪਾਰਟਮੈਂਟ ਨੇ ਲਿਆ ਹੈ। ਇਹ ਵਿਆਜ ਕਿਉਂ ਲਿਆ? ਕਿਉਂਕਿ ਜੋ ਟੈਕਸ ਤੁਸੀਂ ਜਮ੍ਹਾਂ ਕਰਾਉਣਾ ਹੁੰਦਾ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਦਾ ਹੁੰਦਾ ਹੈ, ਪਰ ਤੁਹਾਡੇ DDO ਵੱਲੋਂ ਉਸਨੂੰ ਜਮ੍ਹਾਂ ਕਰਾਉਣ ਵਿੱਚ ਦੇਰੀ ਕੀਤੀ ਜਾਂਦੀ ਹੈ। ਸੋ ਉਹ ਪੈਸੇ ਜੋ ਉਹਨਾਂ ਦੇ ਇਨਕਮ ਟੈਕਸ ਡਿਪਾਰਟਮੈਂਟ ਦੇ ਪੈਸੇ ਉਹਨਾਂ ਨੂੰ ਦੇਰੀ ਵਿੱਚ ਮਿਲਦੇ ਨੇ, ਤਾਂ ਉਹ ਆਪਦੇ ਪੈਸੇ ਦੇਰੀ ਵਿੱਚ ਮਿਲਣ ਦੇ ਕਰੂਸ ਵਿੱਚ ਤੁਹਾਡੇ 'ਤੇ ਵਿਆਜ ਲਗਾ ਦਿੰਦੇ। ਸੋ ਉਸ ਪੈਸੇ ਤੁਹਾਨੂੂੰ ਵਿਆਜ ਲੱਗਦਾ ਹੈ। ਸੋ DDO ਵੱਲੋਂ ਕੁਛ ਕਾਰਨਾਂ ਕਰਕੇ ਪੈਸੇ ਜਮ੍ਹਾਂ ਕਰਾਉਣ 'ਚ ਦੇਰੀ ਹੋ ਜਾਂਦੀ ਹੈ, ਜਿਵੇਂ ਜਿਵੇਂ ਦੇਰੀ ਵੱਧ ਜਾਂਦੀ ਹੈ ਇਹ ਜੋ ਵਿਆਜ ਦਾ ਅਮਾਊਂਟ ਹੈ ਇਨਕਮ ਟੈਕਸ ਵੱਲੋਂ ਸਿਸਟਮ ਆਟੋਮੈਟਿਕਲੀ ਵਧਾਉਂਦਾ ਜਾਂਦਾ ਹੈ। ਸੋ ਇਹ ਵਿਆਜ ਤੁਹਾਨੂੰ ਦੇਣਾ ਹੀ ਪਵੇਗਾ, ਕਿਉਂਕਿ ਇਹਦੇ ਵਿੱਚ ਤੁਹਾਡਾ ਕਸੂਰ ਵੈਸੇ ਕੋਈ ਨਹੀਂ ਹੈਗਾ, ਪਰ ਫਿਰ ਵੀ ਇਹ ਤੁਹਾਨੂੰ ਲੱਗਿਆ ਹੈਗਾ ਵਾ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਆ ਰਿਹਾ ਵਾ ਇੰਟਰਸਟ ਅੰਡਰ 234C। ਸੋ ਇਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਤੁਹਾਨੂੰ ਇੰਟਰਸਟ ਲੱਗਿਆ। ਹਾਂਜੀ, ਇਹ ਤੁਹਾਡੇ ਫੋਰਮ ਜੋ ਕੋਲਮ 9 ਅਤੇ 10 ਦਾ ਜੋੜ ਆ ਰਿਹਾ ਉੱਪਰ, ਤੁਸੀਂ ਦੇਖੋ 9 ਨੰਬਰ ਅਤੇ 10 ਨੰਬਰ ਵਿੱਚ ਜਿੰਨੇ ਪੈਸੇ ਸੀਗੇ ਉਹ ਇੱਥੇ ਜੋੜੇ ਦਾ ਆ ਰਿਹਾ ਵਾ। ਹੁਣ ਆਪਾਂ ਅੱਗੇ ਚੱਲਦੇ ਜੀ ਟੋਟਲ ਟੈਕਸ ਫੀ ਐਂਡ ਇੰਟਰਸਟ। ਸੋ ਇੱਥੇ ਤੁਹਾਨੂੰ ਵਿਆਜ ਪੈ ਕੇ ਫੀ ਪੈ ਕੇ ਟੈਕਸ ਪੈ ਕੇ ਤੁਹਾਡਾ ਜਿੰਨਾ ਅਮਾਊਂਟ ਇਨਕਮ ਟੈਕਸ ਡਿਪਾਰਟਮੈਂਟ ਕੱਟਣਾ ਚਾਹੁੰਦਾ ਹੈ ਉਹ ਇਹ ਸ਼ੋਅ ਹੋਣ ਲੱਗ ਗਿਆ ਜੀ, ਇੰਨੇ ਪੈਸੇ ਤੁਹਾਡੇ ਕੱਟੇ ਜਾਣਗੇ ਟੈਕਸ ਦੇ ਵਿੱਚ। ਸੋ ਇਹ ਸਾਰਾ ਕੁਝ ਸਹੀ ਹੈ, ਆਪਾਂ ਚੈੱਕ ਕਰ ਲਿਆ, ਤਾਂ ਹੁਣ ਆਪਾਂ ਅੱਗੇ ਕਨਫਰਮ ਦੀ ਆਪਸ਼ਨ ਨੂੰ ਟੱਚ ਕਰਾਂਗੇ। ਪਰ ਸੋ ਕਨਫਰਮ ਦੀ ਆਪਸ਼ਨ ਨੂੰ ਟੱਚ ਕਰਨ ਤੋਂ ਬਾਅਦ ਅਗਲਾ ਜੋ ਪੇਜ ਖੁੱਲ੍ਹ ਗਿਆ ਇਹਦੇ ਵਿੱਚ ਤੁਹਾਨੂੰ ਇਹ ਪੈਸੇ ਜੋ ਤੁਸੀਂ ਟੈਕਸ ਦੇਣਾ ਹੈ ਉਹਦੀ ਇੱਕ ਔਨਲਾਈਨ ਵੀ ਇਹਨਾਂ ਦੇਣਾ, ਜਿਸ ਵੀ ਇਹਨਾਂ ਤੋਂ ਸਾਰੀਆਂ ਆਪਸ਼ਨਾਂ ਖੁੱਲ੍ਹਦੀਆਂ ਨੇ, ਇਹ ਵਾਲੀਆਂ ਆਪਸ਼ਨਾਂ ਤੁਹਾਨੂੰ ਅਸੀਂ ਅਗਲੇ ਵੀਡੀਓ ਵਿੱਚ ਦਿਖਾ ਦੇਵਾਂਗੇ, ਕਿਉਂਕਿ ਇੱਕ ਵਾਰੀ ਇਹ ਜੋ ਟੈਕਸ ਫਾਈਲ ਕੀਤਾ ਹੈ ਇੱਕ ਵਾਰੀ ਚੈਕਿੰਗ ਦੁਆਰਾ ਇਹਦੀ ਕਰਾਂਗੇ।
ਔਰ ਫਿਰ ਤੋਂ ਅਗਲੀ ਵੀਡੀਓ ਤੁਹਾਨੂੰ ਦਿਖਾ ਦੇਵਾਂਗੇ ਕਿਸ ਤਰ੍ਹਾਂ ਦੀ ਫਾਈਨਲ ਟੈਕਸ ਦੇਣਾ ਹੈ। ਤਾਂ ਤੁਸੀਂ ਵੀ ਫਿਲਹਾਲ ਇੱਥੇ ਤੱਕ ਆਪਣਾ ਜੋ ਟੈਕਸ ਭਰ ਕੇ ਫੋਰਮ ਛੱਡ ਲਓ।